ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 7 ਮਈ ਹੈ ਅਤੇ ਦਿਨ ਸ਼ੁੱਕਰਵਾਰ ਹੈ ਅੱਜ ਦੇ ਦਿਨ ਦੀਆਂ ਅਹਿਮ ਖਬਰਾਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਫਟਾਫਟ ਅੰਦਾਜ਼ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਵਿੱਚ ਮੀਂਹ ਨੇ ਮੌਸਮ ਦਾ ਮિજાਜ ਬਦਲ ਦਿੱਤਾ ਹੈ ਚੰਡੀਗੜ੍ਹ ਤੇ ਪਟਿਆਲਾ ਦੇ ਵਿੱਚ ਤੇ ਮੋਹਾਲੀ ਦੇ ਵਿੱਚ ਵੱਧ ਮੀਂਹ ਪਿਆ ਹੈ ਮੌਲੇਦਾਰ ਮੀਂਹ ਪਿਆ ਹੈ ਮੰਡੀਆਂ ਦੇ ਵਿੱਚ ਕਣਕ ਦੀਆਂ ਪਈਆਂ ਬੋਰੀਆਂ ਭਿੱਜ ਗਈਆਂ ਨੇ ਮੌਸਮ ਵਿਭਾਗ ਦੇ ਮੁਤਾਬਿਕ ਅੱਜ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੌਸਮ ਇਸੇ ਤਰ੍ਹਾਂ ਰਹੇਗਾ ਜਦ ਕਿ ਕੱਲ ਤੇ ਪਰਸੋਂ ਯਾਨੀ ਕਿ 8 ਤੇ 9 ਮਈ ਨੂੰ ਬੱਦਲਵਾਈ ਤੇ ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਮੋੜ ਗਰਮੀ ਵਧੇਗੀ ਪੰਜਾਬ ਚ 2 ਦਿਨ ਪਹਿਲਾਂ ਪਿਆ ਮੀਦੇ باوجود ਵੀ ਸੂਬਾ ਸਰਕਾਰ ਮੰਡੀਆਂ ਵਿੱਚੋਂ ਕਣਕ ਦੀ ਚੁਕਾਈ ਨਹੀਂ ਕਰ ਸਕੀ ਹਾਲੇ ਵੀ ਮੰਡੀਆਂ ਵਿੱਚ 20 ਫੀਸਦੀ ਤੋਂ ਵੱਧ ਕਣਕ ਖੁੱਲੇ ਅਸਮਾਨ ਹੇਠ ਪਈ ਹੈ ਸਰਕਾਰ ਦੀ ਚਿੰਤਾ ਜ਼ਰੂਰ ਵਧੀ ਹੈ ਪਰ ਸਰਕਾਰ ਨੇ ਅਮਲ ਨਹੀਂ ਕੀਤਾ ਉਧਰ ਮੁਕੇਰੀਆਂ ਦੇ ਵਿੱਚ ਨੁਸ਼ਹਿਰਾ ਪੱਤਣ ਮੰਡੀ ਵਿੱਚ ਕਣਕ ਦੀ ਖਰੀਦ ਬੰਦ ਹੋਣ ਤੋਂ ਕਿਸਾਨ ਔਖੇ ਨੇ ਖਰੀਦੀ ਕਣਕ ਦੀ ਅਦਾਇਗੀ ਨਹੀਂ ਹੋਈ ਇਹ ਕਿਸਾਨਾਂ ਨੇ ਇਲਜ਼ਾਮ ਲਾਇਆ ਹੈ ਤੇ ਅੱਜ ਮੁਕੇਰੀਆਂ ਗੁਰਦਾਸਪੁਰ ਹਾਈਵੇ ਤੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ ਜਦਕਿ ਐਫਸੀਆਈ ਕਹਿ ਰਹੀ ਹੈ ਕਿ ਨਿਰਧਾਰਿਤ ਖਰੀਦ ਮੁਕੰਮਲ ਹੋ ਚੁੱਕੀ ਹੈ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਚਾਹੁੰਦੇ ਨਹੀਂ ਕਿ ਪੰਜਾਬ ਦੇ ਵਿੱਚ ਮੁਕੰਮਲ ਲੋਕਡਾਊਨ ਲਾਇਆ ਜਾਵੇ। ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਮੈਂਬਰਾਂ ਦੇ ਨਾਲ ਚਰਚਾ ਕੀਤੀ, ਰਣਨੀਤੀ ਤਿਆਰ ਕੀਤੀ। ਆਕਸੀਜਨ ਦੇ ਲਈ ਕੇਂਦਰ ਨਾਲ ਗੱਲਬਾਤ ਦਾ ਫੈਸਲਾ ਲਿਆ ਗਿਆ ਹੈ। ਦਿੱਲੀ ਦੀ ਤਰਸ ਤੇ ਹਾਈ ਕੋਰਟ ਦਾ ਰੁਖ ਕਰਨ ਦੀ ਸਲਾਹ ਦਿੱਤੀ ਹੈ। ਇਸ ਦਰਾਨ ਕੈਪਟਨ ਨੂੰ ਸੰਸਦ ਮੈਂਬਰਾਂ ਨੇ ਕਿ ਜੇ ਕੇਂਦਰ ਸਰਕਾਰ ਤਸਤੋਮਸ ਨਹੀਂ ਹੁੰਦੀ ਤਾਂ ਦਿੱਲੀ ਸਰਕਾਰ ਵਾਂਗੂ ਕੇਂਦਰ ਸਰਕਾਰ ਦੇ ਖਿਲਾਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇ। ਸੰਸਦ ਮੈਂਬਰਾਂ ਨੇ ਦਿੱਲੀ ਵਿੱਚ ਸਿੰਘੂ ਟਿਕਰੀ ਹੱਥੇ ਬੈਠੇ ਕਿਸਾਨਾਂ ਦਾ ਟੀਕਾਕਰਨ ਕਰਾਏ ਜਾਣ ਦਾ ਵੀ ਸੁਝਾਅ ਦਿੱਤਾ ਇੱਕ ਸੰਸਦ ਮੈਂਬਰ ਨੇ ਭਾਰਤੀ ਫੌਜ ਤੋਂ ਬੈੱਡ ਦੀ ਮਦਦ ਲੈਣ ਦਾ ਸੁਝਾਵੀ ਦਿੱਤਾ ਇੱਕ ਚਰਚਾ ਇਹ ਵੀ ਚੱਲੀ ਕਿ ਪਾਕਿਸਤਾਨ ਤੋਂ ਆਕਸੀਜਨ ਲੈਣ ਦੀ ਪ੍ਰਵਾਨਗੀ ਲਈ ਕੇਂਦਰ ਤੱਕ ਮੋੜ ਪਹੁੰਚ ਕੀਤੀ ਜਾਵੇ ਪਾਕਿਸਤਾਨ ਤੋਂ ਆਕਸੀਜਨ ਲੈਣ ਦੇ ਲਈ ਪਹਿਲਾਂ ਹੀ ਕੈਪਟਨ ਦੋ ਵਾਰੀ ਕੇਂਦਰ ਸਰਕਾਰ ਨੂੰ ਲਿਖ ਚੁੱਕੇ ਨੇ ਸੁਪਰੀਮ ਕੋਰਟ ਨੇ ਮੋਦੀ ਸਰਕਾਰ ਨੂੰ ਚੇਤਨਨ ਕਰ ਦਿੱਤਾ ਹੈ ਚੌਕਸ ਕਰ ਦਿੱਤਾ ਹੈ ਕਿ ਤੀਸਰੀ ਲਹਿਰ ਦੇ ਟੱਕਰੇ ਦੇ ਲਈ ਹੁਣ ਤੋਂ ਹੀ ਤਿਆਰੀ ਕਰਕੇ ਰੱਖ ਲਓ ਆਕਸੀਜਨ ਦੇ ਵੱਡੇ ਭੰਡਾਰ ਸੁਰੱਖਿਅਤ ਰੱਖਣ ਦੀ ਹਦਾਇਤ ਕੀਤੀ ਗਈ ਹੈ ਕੇਂਦਰ ਤੇ ਦਿੱਲੀ ਸਰਕਾਰ ਨੂੰ ਮਿਲ ਕੇ ਕੰਮ ਕਰਨ ਲਈ ਕਿਹਾ ਤੇ ਅਗਲੇ ਹੁਕਮਾਂ ਤੱਕ ਦਿੱਲੀ ਦੇ 700 ਮੀਟ੍ਰਿਕ ਟਨ ਆਕਸੀਜਨ ਕੋਟੇ ਵਿੱਚ ਕਟੌਤੀ ਨਾ ਕਰਨ ਦੇ ਵੀ ਹੁਕਮ ਦਿੱਤੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੂਬੇ ਟੀਕਾ ਕਰਨ ਦੀ ਰਫ਼ਤਾਰ ਨੂੰ ਘਟਣਾ ਹੋਣ ਦੇਣ ਸੂਬਿਆਂ ਦੇ ਵਿੱਚ ਸਾਰੇ ਲੋਕਾਂ ਨੂੰ ਟੀਕਾ ਲਗਾਇਆ ਜਾਵੇ ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ ਦੀਆਂ ਟਿੱਪਣੀਆਂ ਹਟਾਉਣ ਤੋਂ ਇਨਕਾਰ ਕਰ ਦਿੱਤਾ ਤੇ ਨਾਲ ਹੀ মিডিਆ ਨੂੰ ਅਦਾਲਤੀ ਕਾਰਵਾਈ ਦੀ ਰਿਪੋਰਟਿੰਗ ਕਰਨ ਤੋਂ ਰੋਕਣ ਵਾਲੀ ਅਪੀਲ ਵੀ ਰੱਦ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਹਾਈ ਕੋਰਟ ਦੀਆਂ ਟਿੱਪਣੀਆਂ ਸਖਤ ਜ਼ਰੂਰ ਨਹੀਂ ਪਰ ਉਹਨਾਂ ਟਿੱਪਣੀਆਂ ਨੂੰ ਅਸੀਂ ਹਟਾਉਣ ਦਾ ਹੁਕਮ ਨਹੀਂ ਦੇ ਸਕਦੇ। ਕੇਂਦਰ ਹੁਣ ਕਰਨਾਟਕਾ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਪਹੁੰਚ ਗਈ ਹੈ ਕਰਨਾਟਕ ਹਾਈ ਕੋਰਟ ਨੇ ਕੇਂਦਰ ਨੂੰ ਹਰਦਾਇਤ ਦਿੱਤੀ ਸੀ ਕਿ ਉਹ ਕੋਵਿਡ-19 ਮਰੀਜ਼ਾਂ ਦੇ ਉਪਚਾਰ ਦੇ ਲਈ ਸੂਬੇ ਨੂੰ ਅਲਾਟ ਕੀਤੇ ਤਰਲ ਮੈਡੀਕਲ ਆਕਸੀਜਨ ਦੇ ਮੌਜੂਦਾ 965 ਮੀਟਰਕ ਟਨ ਕੋਟੇ ਨੂੰ ਵਧਾ ਕੇ 1200 ਮੀਟਰਕ ਟਨ ਕਰੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਦੇਸ਼ ਵਿੱਚ ਕਰੋਨਾ ਦੇ ਮਾਮਲੇ ਚ ਨਵਾਂ ਰਿਕਾਰਡ ਦਰਜ ਕੀਤਾ ਗਿਆ ਇੱਕ ਦਿਨ ਦੇ ਵਿੱਚ 412000 ਕੇਸ ਆਏ ਨੇ ਤੇ 3980 ਮੌਤਾਂ ਦਰਜ ਕੀਤੀਆਂ ਗਈਆਂ ਨੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਜਦ ਕਿ ਸ਼ਮਸ਼ਾਨ ਘਾਟਾਂ ਦੇ ਜਿਹੜੇ ਹਾਲਾਤ ਦੇਖ ਲਈਏ ਉੱਥੇ ਹੁੰਦੇ ਸਸਕਾਰਾਂ ਦੀ ਗਿਣਤੀ ਦੇਖ ਲਈਏ ਤਾਂ ਉਹ ਗਿਣਤੀ ਹੈ ਜਿਹੜੀ ਉਹ ਸਰਕਾਰੀ ਅੰਕੜਿਆਂ ਦਾ ਮੂੰਹ ਜ਼ਰੂਰ ਚੜਾ ਰਹੀ ਹੈ ਅਮਰੀਕਾ ਨੇ ਇੱਕ ਵਾਰ ਫਿਰ ਆਪਣੇ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਭਾਰਤ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ ਇਸ ਤੋਂ ਪਹਿਲਾਂ 28 April ਨੂੰ ਵੀ ਅਜਿਹੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਜਦੋਂ ਲੋਕਾਂ ਨੂੰ ਕਿਹਾ ਗਿਆ ਸੀ ਕਿ ਭਾਰਤ ਦੀ ਯਾਤਰਾ ਕਰਨ ਤੋਂ ਬਚੋ ਸ਼੍ਰੀਲੰਕਾ ਨੇ ਵੀ ਭਾਰਤ ਦੀ ਯਾਤਰਾ ਤੇ ਰੋਕ ਲਾ ਦਿੱਤੀ ਹੈ ਭਾਰਤ ਤੋਂ ਆਉਣ ਵਾਲਿਆਂ ਦੇ ਉੱਤੇ ਮੁਲਕ ਦੇ ਵਿੱਚ ਪਾਬੰਦੀ ਲਾ ਦਿੱਤੀ ਗਈ ਹੈ ਅਮਰੀਕਾ ਦੇ ਵੱਲੋਂ ਬੌਧਿਕ ਸੰਪਤੀ ਦੇ ਅਧਿਕਾਰਾਂ ਵਿੱਚ ਛੋਟ ਦੇਣ ਦੇ ਭਾਰਤ ਅਤੇ ਦੱਖਣੀ ਅਫਰੀਕਾ ਦੇ ਪ੍ਰਸਤਾਵ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਦੀ ਦੁਨੀਆ ਦੇ ਵਿੱਚ ਸ਼ਲਾਘਾ ਹੋ ਰਹੀ ਹੈ। ਕੋਰੋਨਾ ਵਾਇਰਸ ਦੇ ਕਹਿਰ ਦੇ ਵਿੱਚ ਪੈਟਰੋਲ ਮੁੜ 25 ਪੈਸੇ ਤੇ ਡੀਜ਼ਲ 30 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਭਾਰਤੀ ਪ੍ਰੈਸ ਕੌਂਸਲ ਨੇ ਸਾਰੀਆਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਆਪਣੀ ਸਿਫਾਰਿਸ਼ ਕੀਤੀ ਹੈ ਕਿ ਸਾਰੇ ਪੱਤਰਕਾਰਾਂ ਨੂੰ ਕੋਰੋਨਾ ਯੋਧੇ ਐਲਾਨਿਆ ਜਾਵੇ। ਉਹਨਾਂ ਨੂੰ ਵੀ ਬੀਮਾ ਆਦਿ ਦੀਆਂ ਸਹੂਲਤਾਂ ਦਿੱਤੀਆਂ ਜਾਣ। ਕੈਨੇਡਾ ਦੇ ਵਿੱਚ 12 ਤੋਂ 15 ਸਾਲ ਦੇ ਬੱਚਿਆਂ ਦੇ ਕੋਵਿਡ ਟੀਕਾ ਕਰਨ ਦੇ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ ਤੇ ਕੈਨੇਡਾ ਪਹਿਲਾ ਮੁਲਕ ਬਣ ਗਿਆ ਹੈ ਦੁਨੀਆ ਦਾ ਅਜਿਹਾ ਕਰਨ ਵਾਲਾ ਹੁਸ਼ਿਆਰਪੁਰ ਦੇ ਵਿੱਚ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਸੜਕ ਹਾਦਸੇ ਵਿੱਚ ਪਰਿਵਾਰ ਦੇ ਪੰਜ ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਮੋਟਰਸਾਈਕਲ ਤੇ ਸਵਾਰ ਸਨ ਦੋ ਪਤੀ ਪਤਨੀ ਤੇ ਤਿੰਨ ਉਹਨਾਂ ਦੇ ਬੱਚੇ ਮੋਟਰਸਾਈਕਲ ਤੇ ਕਾਰ ਦੀ ਆਮੋ ਸਾਹਮਣੀ ਟੱਕਰ ਦੇ ਨਾਲ ਇਹ ਹਾਦਸਾ ਵਾਪਰਿਆ ਫਗਵਾੜਾ ਪੁਲਿਸ ਨੇ ਕਾਮੇਡੀ ਕਲਾਕਾਰ ਸੁਗੰਧਾ ਮਿਸ਼ਰਾ ਉਸਦੇ ਪਤੀ ਅਤੇ ਹੋਟਲ ਮਾਲਕ ਦੇ ਖਿਲਾਫ ਕੋਵਿਡ ਨਿਯਮਾਂ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਹੈ। ਪਿਛਲੇ ਦਿਨ ਹੀ ਸੁਗੰਧਾ ਮਿਸ਼ਰਾ ਦਾ ਫਗਵਾੜਾ ਦੇ ਇੱਕ ਹੋਟਲ ਦੇ ਵਿੱਚ ਵਿਆਹ ਹੋਇਆ ਸੀ ਜਿਸ ਦੇ ਵਿੱਚ ਕੋਵਿਡ ਨਿਯਮਾਂ ਦੀ ਉਲੰਘਣਾ ਪਾਈ ਗਈ ਹੈ। ਪੱਛਮੀ ਬੰਗਾਲ ਦੇ ਮਿਦਨਾਪੁਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਦੇ ਕਾਫਲੇ ਤੇ ਹਮਲਾ ਕੀਤੇ ਜਾਣ ਦੀ ਖਬਰ ਹੈ। ਗ੍ਰਹਿ ਮੰਤਰਾਲੇ ਨੇ ਰਾਜਪਾਲ ਤੋਂ ਰਿਪੋਰਟ ਤਲਬ ਕਰ ਲਈ ਹੈ। ਹਮਲਾ ਕਰਨ ਤੋਂ ਬਾਅਦ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਮੁਰਲੀਤਰਨ ਨੇ TMC ਦੇ ਵਰਕਰਾਂ ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ ਤੇ ਬੰਗਾਲ ਚੋਣ ਹਿੰਸਾ ਦੀ ਜਾਂਚ ਲਈ ਕੇਂਦਰੀ ਟੀਮ ਵੀ ਕੋਲਕਾਤਾ ਪਹੁੰਚ ਗਈ ਹੈ BJP ਦੇ ਕੌਮੀ ਪ੍ਰਧਾਨ JP ਨੱਡਾ ਨੇ ਹਮਲੇ ਦੀ ਨਿੰਦਿਆ ਕੀਤੀ ਹੈ ਜਦਕਿ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਹੁਣ ਤੱਕ ਹਿੰਸਾ ਦੇ ਵਿੱਚ ਹੋਈਆਂ 16 ਮੌਤਾਂ ਦੇ ਲਈ 2-2 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ ਬੇਨਰਜੀ ਨੇ ਇਹ ਵੀ ਕਿਹਾ ਕਿ ਹਾਰ ਨੂੰ ਕਬੂਲ ਨਹੀਂ ਕਰ ਰਹੀ ਬੀਜੇਪੀ ਇਸ ਕਰਕੇ ਵਾਰੀ-ਵਾਰੀ ਬੀਜੇਪੀ ਦੇ ਲੀਡਰ ਪੱਛਮੀ ਬੰਗਾਲ ਦੇ ਵਿੱਚ ਆ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨੂੰ ਉਕਸਾ ਰਹੇ ਨੇ ਤਾਂ ਕਿ ਤੇ ਰਾਸ਼ਟਰਪਤੀ ਰਾਜ ਲਾਗੂ ਕਰ ਸਕਣ ਕਿਸਾਨ ਦੁਕਾਨਾਂ ਤੇ ਮਜ਼ਦੂਰਾਂ ਦੇ ਹੱਕ ਵਿੱਚ ਡਟਦੇ ਹੋਏ ਕੱਲ ਨੂੰ ਕਰੋਨਾ ਪਾਬੰਦੀਆਂ ਦੇ ਖਿਲਾਫ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰਨਗੇ 10 ਤੇ 12 ਮਈ ਨੂੰ ਕਿਸਾਨਾਂ ਨੇ ਦਿੱਲੀ ਚੱਲੋ ਦਾ ਸੱਦਾ ਦਿੱਤਾ हरियाणा ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ਨੂੰ ਪੇਸ਼ਕਸ਼ ਕੀਤੀ ਹੈ ਕਿ ਜੇਕਰ ਸਰਕਾਰ ਨੂੰ ਆਕਸੀਜਨ ਬੈੱਡ ਜਾਂ ਹੋਰ ਸਮਗਰੀ ਦੀ ਢੁਆ ਢੋਈ ਦੀ ਕੋਈ ਦਿੱਕਤ ਆ ਰਹੀ ਹੈ ਤਾਂ ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁਨ ਆਪਣੇ ਟਰੈਕਟਰ ਟਰਾਲੀਆਂ ਰਾਹੀਂ ਇਹ ਸੇਵਾ ਮੁਫਤ ਕਰਨ ਦੇ ਲਈ ਤਿਆਰ ਹਨ ਇਸ ਲਈ ਉਹ ਤੇਲ ਦਾ ਖਰਚਾ ਵੀ ਖੁਦ ਕਰਨਗੇ ਚੜੂਨੀ ਨੇ ਦੁਹਰਾਇਆ ਕਿ ਅੰਦੋਲਨਕਾਰੀ ਕਿਸਾਨ ਕੇਂਦਰ ਸਰਕਾਰ ਕੋਲੋਂ ਆਪਣੀਆਂ ਮੰਗਾਂ ਮਨਵਾਉਣ ਤੱਕ ਸੰਘਰਸ਼ ਜਾਰੀ ਰੱਖਣ ਲਈ ਦ੍ਰਿੜ ਹਨ ਅੰਮ੍ਰਿਤਸਰ ਤੋਂ ਕਾਂਗਰਸ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਭੇਜ ਕੇ ਆਕਸੀਜਨ ਪੂਰੀ ਕਰਨ ਦੀ ਮੰਗ ਕੀਤੀ ਹੈ ਕਿ ਹੈ ਕਿ ਪੰਜਾਬ ਨੂੰ ਲੋੜਿੰਦੀ ਮਾਤਰਾ ਦੇ ਵਿੱਚ ਆਕਸੀਜਨ ਮੁਹੱਈਆ ਕਰਵਾਈ ਜਾਵੇ ਐਸਜੀਪੀਸੀ ਦੇ ਵੱਲੋਂ ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ਸਾਹਿਬ ਦੇ ਵਿੱਚ ਆਜ ਹੀ ਕਰੋਨਾ ਸੰਭਾਲ ਕੇਂਦਰ ਸਥਾਪਿਤ ਕੀਤਾ ਗਿਆ ਹੈ ਬੀਬੀ ਜਗੀਰ ਕੌਰ ਨੇ ਕਿਹਾ ਕਿ ਰੂਸ ਤੋਂ ਮੰਗਵਾਏ ਕੌਨਸੈਂਟਰੇਟਰਾਂ ਦੇ ਰਾਹੀਂ ਮਰੀਜ਼ਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ ਕੈਬਨਿਟ ਮੰਤਰੀ ਓਪੀ ਸੂਨੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਰੋਨਾ ਮਰੀਜ਼ਾਂ ਦੇ ਲਈ ਬੈੱਡਾਂ ਦੀ ਸਮਰੱਥਾ 50% ਵਧਾਈ ਜਾਵੇਗੀ। ਕੱਲ ਪਟਿਆਲਾ ਦੇ ਰਜਿੰਦਰਾ ਹਸਪਤਾਲ ਦਾ ਦੌਰਾ ਕੀਤਾ, ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਪ੍ਰਬੰਧਕਾਂ ਨੂੰ ਚੌਕਸ ਹੋਣ ਦੇ ਹੁਕਮ ਵੀ ਦਿੱਤੇ। ਚਮਕੌਰ ਸੈਬ ਥਾਣੇ ਅਧੀਨ ਪੈਂਦੇ ਪਿੰਡ ਦੁਗਰੀ ਕੋਲੋਂ ਲੰਗਦੀ ਭਾਖੜਾ ਨਹਿਰ ਦੇ ਵਿੱਚੋਂ ਕਰੋਨਾ ਦੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਵਰਤੇ ਜਾਂਦੇ ਕੋਵੀਫਾਰ ਰੈਮਡੀਸਵੇਅਰ ਦੇ ਟੀਕਿਆਂ ਦੀਆਂ ਬੰਦ ਸੈਂਕੜੇ ਸ਼ੀਸ਼ੀਆਂ ਸਮੇਤ ਸੈਫੋਪੈਰਾਜ਼ੋਨ ਤੇ ਹੋਰ ਦਵਾਈਆਂ ਮਿਲੀਆਂ ਨੇ ਪਿੰਡ ਦੇ ਲੋਕਾਂ ਨੇ ਨਹਿਰ ਜ਼ਰੂਰੀਆਂ ਜਾਂਦੀਆਂ ਦਵਾਈਆਂ ਦੀਆਂ ਇਹ ਸ਼ੀਸ਼ੀਆਂ ਆਪਣੀ ਜਾਨ ਜੋਖਮ 'ਚ ਪਾ ਕੇ ਬਾਹਰ ਕੱਢੀਆਂ ਦਵਾਈਆਂ ਦੀਆਂ ਸਾਰੀਆਂ ਹੀ ਸ਼ੀਸ਼ੀਆਂ ਸੀਲ ਬੰਦ ਨੇ ਜਿਨ੍ਹਾਂ ਤੇ ਪ੍ਰਤੀ ਟੀਕਾ ਕੀਮਤ 5400 ਰੁਪਏ ਛਪੀ ਹੋਈ ਹੈ ਪਿੰਡ ਵਾਸੀਆਂ ਨੇ ਖਦਸ਼ਾ ਪ੍ਰਗਟਾਇਆ ਕਿ ਹੋ ਸਕਦਾ ਹੈ ਦਵਾਈਆਂ ਦੀਆਂ ਸ਼ੀਸ਼ੀਆਂ ਜਲ ਹਾਲੇ ਹੁਣ ਛਾਪੇ ਦੇ ਡਰੋਂ ਕਿਸੇ ਨੇ ਨਹਿਰ ਵਿੱਚ ਸੁੱਟੀਆਂ ਹੋ ਸਕਦੀਆਂ ਨੇ ਪੁਲਿਸ ਨੇ ਮੌਕੇ ਤੇ ਆ ਕੇ ਇਹ ਸਾਰੀ ਖੇਪ ਬਰਾਮਦ ਕਰ ਲਈ ਤਾਲਾਬੰਦੀ ਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੇ ਵਿੱਚ ਵਪਾਰੀਆਂ ਨੇ ਦੁਕਾਨਾਂ ਖੋਲੀਆਂ ਰੈਡੀमेड ਗਾਰਮੈਂਟ ਪੰਜਾਬ ਦੇ ਚੇਅਰਮੈਨ ਤੇ ਰੈਡੀमेड ਗਾਰਮੈਂਟ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਨਰੇਸ਼ ਸਿੰਘਲਾ ਨੇ ਕੁਝ ਨਿੱਜੀ ਕਾਰਨਾ ਕਰਕੇ ਪਟਿਆਲਾ ਦੀ ਪ੍ਰਧਾਨਗੀ ਦਾ ਅਹੁਦਾ ਛੱਡ ਦਿੱਤਾ ਪਟਿਆਲਾ ਦੇ ਵਪਾਰ ਮੰਡਲ ਦੇ ਵੱਲੋਂ ਬੁੱਧਵਾਰ ਨੂੰ ਲਏ ਫੈਸਲੇ ਦੇ ਮੁਤਾਬਿਕ ਕੱਲ ਸਵੇਰੇ ਹੀ ਵੱਡੀ ਗਿਣਤੀ ਵਪਾਰੀਆਂ ਨੇ ਸ਼ਹਿਰ ਦੇ ਵੱਡੇ ਛੋਟੇ ਬਾਜ਼ਾਰਾਂ ਦੇ ਵਿੱਚ ਉਹ ਦੁਕਾਨਾਂ ਵੀ ਖੋਲ ਲਈਆਂ ਜੋ ਸਰਕਾਰ ਦੇ ਵੱਲੋਂ ਗੈਰ ਜ਼ਰੂਰੀ ਘੇਰੇ ਦੇ ਵਿੱਚ ਰੱਖੀਆਂ ਗਈਆਂ ਸਨ ਤੇ ਦੁਕਾਨਦਾਰਾਂ ਨੇ ਅੱਜ ਵੀ ਦੁਕਾਨਾਂ ਖੋਲਣ ਦਾ ਐਲਾਨ ਕੀਤਾ ਹੈ ਹਾਲਾਂਕਿ ਅੱਜ ਸ਼ਾਮ ਅੱਜ ਸ਼ੁੱਕਰਵਾਰ ਹੈ ਸ਼ਾਮ 6 ਵਜੇ ਤੋਂ ਲੈ ਕੇ ਵੀਕਐਂਡ ਲਾਕਡਾਊਨ ਸ਼ੁਰੂ ਹੋ ਜਾਵੇਗਾ ਅਤੇ ਸੋਮਵਾਰ ਸਵੇਰੇ 5 ਵਜੇ ਤੱਕ ਲਗਾਤਾਰ ਜਾਰੀ ਰਹੇਗਾ ਕਿਸਾਨ ਲੀਡਰਾਂ ਨੇ ਕਿਸਾਨ ਮੋਰਚੇ ਨਾਲ ਜੁੜੇ ਸੋਸ਼ਲ ਮੀਡੀਆ ਖਾਤੇ ਮੁਅਤਲ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ ਕਿਸਾਨ ਲੀਡਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੱਖੀ ਮੀਡੀਆ ਦੇ ਟੱਕਰੇ ਦੇ ਲਈ ਕਿਸਾਨਾਂ ਦੀ ਹਮਾਇਤ ਕਰਦੇ ਆ ਰਹੇ ਮੀਡੀਆ ਨੂੰ ਸਰਕਾਰ ਵੱਲੋਂ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਰੋਨਾ ਕਾਰਨ ਸਾਬਕਾ ਕੇਂਦਰੀ ਮੰਤਰੀ ਤੇ ਆਰਐਲਡੀ ਲੀਡਰ ਚੌਧਰੀ ਅਜੀਤ ਸਿੰਘ ਦੀ ਵੀ ਮੌਤ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਿਸਾਨ ਲੀਡਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਰੋਨਾ ਅਪਡੇਟਸ ਦੀ ਪੰਜਾਬ ਭਾਰਤ ਅਤੇ ਦੁਨੀਆ ਤੋਂ ਕਰੋਨਾ ਦੀਆਂ ਕੀ ਖਬਰਾਂ ਨੇ ਉਹਨਾਂ ਤੇ ਨਜ਼ਰ ਮਾਰ ਲੈਣੇ ਆ ਭਾਰਤ ਦੀ ਪਹਿਲੀ ਔਰਤ ਵਿਗਿਆਨੀ ਅਤੇ ਪੰਜਾਬ ਸਰਕਾਰ ਦੇ ਕਰੋਨਾ ਮਹਾਮਾਰੀ ਸੰਬੰਧੀ ਸਲਾਹਕਾਰ ਗਗਨਦੀਪ ਕੰਗ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚ ਮਈ ਮਹੀਨੇ ਦੇ ਅਖੀਰ ਤੱਕ ਕੋਵਿਡ-19 ਦੀ ਦੂਜੀ ਲਹਿਰ ਦਾ ਅਸਰ ਘੱਟ ਹੋਣ ਲੱਗੇਗਾ ਭਾਰਤੀ ਮਿਆਲਾ ਪ੍ਰੈਸ ਕੋਰਡ ਦੇ ਮੈਂਬਰਾਂ ਨਾਲ ਵਰਚੁਅਲ ਮੀਟਿੰਗ ਦੌਰਾਨ ਕੰਗਨੇ ਕਿਹਾ ਕਿ ਜਿਸ ਤਰ੍ਹਾਂ ਦੇ ਮਾਡਲ ਅਸੀਂ ਦੇਖ ਰਹੇ ਹਾਂ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮਈ ਦੇ ਮੱਧ ਤੋਂ ਲੈ ਕੇ ਅੰਤ ਤੱਕ ਕਰੋਨਾ ਦਾ ਪ੍ਰਭਾਵ ਘਟਣ ਲੱਗੇਗਾ ਕੁਝ ਮਾਡਲਸ ਨੂੰ ਦੇਖਦੇ ਹੋਏ ਇਹ ਵੀ ਸੰਭਵ ਹੈ ਕਿ ਜੂਨ ਦੀ ਸ਼ੁਰੂਆਤ ਵਿੱਚ ਮਾਮਲੇ ਘੱਟ ਹੋਣ ਲੱਗਣ ਪਰ ਜੋ ਸਾਨੂੰ ਹਾਲੇ ਨਜ਼ਰ ਆ ਰਿਹਾ ਹੈ ਉਸ ਦੇ ਆਧਾਰ ਤੇ ਮਈ ਦੇ ਅੰਤ ਤੱਕ ਅਜਿਹਾ ਹੋਣ ਦੀ ਵਧੇਰੇ ਸੰਭਾਵਨਾ ਹੈ ਇਸ ਦੇ ਨਾਲ ਹੀ ਗਗਨਦੀਪ ਕੰਗ ਨੇ ਇਹ ਵੀ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਕਰੋਨਾ ਦਾ ਟੀਕਾ ਹਰ ਸੂਰਤੇ ਹਾਲ ਅਸਰਦਾਰ ਹੈ ਅਫਵਾਹਾਂ ਤੇ ਤੁਸੀਂ ਘੱਟ ਅਸਰ ਦਿਓ ਇਸ ਗੱਲ ਤੇ ਯਕੀਨ ਕਰੋ ਕਿ ਕਰੋਨਾ ਦਾ ਟੀਕਾ ਅਸਰਦਾਰ ਹੈ ਕੋਵੀ ਸ਼ੀਲਡ ਤੇ ਕੋਵੈਕਸਿਨ ਦੇ ਅਸਰਦਾਰ ਹੋਣ ਨੂੰ ਲੈ ਕੇ ਜੋ ਸਵਾਲ ਉੱਠ ਰਹੇ ਨੇ ਉਸ ਦਾ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਜਲਦ ਹੀ ਭਾਰਤ ਵਿੱਚ ਹੋਰ ਵੀ ਟੀਕਿਆਂ ਦੇ ਬਦਲ ਉਪਲਬਧ ਹੋਣਗੇ ਵੈਕਸਿਨ ਬਿਮਾਰੀਆਂ ਤੋਂ ਬਚਾਉਂਦੀ ਹੈ ਬਿਮਾਰੀ ਤੋਂ ਸੁਰੱਖਿਆਤਾ ਦਿੰਦੀ ਹੈ ਤੇ ਨਾਲ ਹੀ ਲਾਗ ਤੋਂ ਵੀ ਬਚਾਉਂਦੀ ਹੈ ਜੇ ਤੁਸੀਂ ਲਾਗ ਤੋਂ ਬਚੇ ਤਾਂ ਤੁਸੀਂ ਇਸ ਨਾਲ ਇਸ ਨੂੰ ਹੋਰਾਂ ਤੱਕ ਪਹੁੰਚਾ ਵੀ ਨਹੀਂ ਸਕਦੇ ਇਸ ਲਈ ਵੈਕਸਿਨ ਹਮੇਸ਼ਾ ਬਿਮਾਰੀਆਂ ਦੇ ਖਿਲਾਫ ਚੰਗਾ ਕੰਮ ਕਰਦੀ ਹੈ ਉਹਨਾਂ ਕਿਹਾ ਕਿ ਵੈਕਸਿਨ ਲਾਗ ਨੂੰ ਰੋਕ ਨਹੀਂ ਸਕਦੀ ਪਰ ਇਸ ਨੂੰ ਘਟਾ ਜ਼ਰੂਰ ਸਕਦੀ ਹੈ ਤੇ ਗਗਨਦੀਪ ਕੰਗ ਨੇ ਇਹ ਵੀ ਕਿਹਾ ਕਿ ਜੇ ਲੋਕਾਂ ਦੇ ਰਹਿਣ ਲਈ ਥਾਂ ਅਤੇ ਭੋਜਨ ਹੋਵੇ ਤਾਂ ਫੌਰੀ ਤੌਰ ਤੇ ਲੋਕਡਾਊਨ ਸਰਕਾਰ ਨੂੰ ਲਾ ਦੇਣਾ ਚਾਹੀਦਾ ਹੈ ਪਰ ਜੇ ਇਹਨਾਂ ਲੋਕਾਂ ਲਈ ਪ੍ਰਬੰਧ ਨਹੀਂ ਤਾਂ ਫਿਰ ਲੋਕਡਾਊਨ ਲਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਂਝ ਵੀ ਲੋਕਾਂ ਨੇ ਫਿਰ ਭੁੱਖੇ ਰਹਿ ਕੇ ਮਰ ਹੀ ਜਾਣਾ ਪੰਜਾਬ ਦੇ ਵਿੱਚ ਕੋਵਿਡ ਦੇ ਨਾਲ 17% ਦੀ ਅਜਿਹੇ ਲੋਕ ਮਰੇ ਨੇ ਜਿਨ੍ਹਾਂ ਨੂੰ ਕੋਈ ਬਿਮਾਰੀ ਹੀ ਨਹੀਂ ਸੀ ਰੀਪੋਰਟ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਵਿੱਚ ਕੋਵਿਡ ਕਾਰਨ ਸਿਰਫ ਬਜ਼ੁਰਗਾਂ ਅਤੇ ਸਹਿ ਬਿਮਾਰੀਆਂ ਵਾਲੇ ਹੀ ਨਹੀਂ ਬਲਕਿ ਨੌਜਵਾਨ ਤੇ ਸਿਹਤਮੰਦ ਲੋਕ ਵੀ ਜਾਨਾ ਗੁਆ ਰਹੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਤੁਸੀਂ ਆਪਣੇ ਆਲੇ ਦੁਆਲੇ ਆਪਣੀ ਜਾਣ-ਪਛਾਣ ਦੇ ਵਿੱਚ ਕਿੰਨੇ ਅਜਿਹੇ ਲੋਕਾਂ ਨੂੰ ਜਾਣਦੇ ਹੋਵੋਗੇ ਜਿਨ੍ਹਾਂ ਦੀਆਂ ਮੌਤਾਂ ਨੇ ਜਿਹੜੀਆਂ ਉਹ ਆਪਾਂ ਕਹਿ ਸਕਦੇ ਆ ਕਿ ਹਲੇ ਮੌਤ ਆਈ ਨਹੀਂ ਮੌਤ ਆਉਣ ਤੋਂ ਪਹਿਲਾਂ ਹੀ ਇਹ ਇਨਸਾਨ ਮਰ ਗਿਆ ਮੌਤ ਆਉਂਦੀ ਹੈ ਕਿਸੇ ਨੂੰ ਬਿਮਾਰੀ ਹੋਵੇ ਕਿਸੇ ਨੂੰ ਕੋਈ ਤਕਲੀਫ ਹੋਵੇ ਉਹਦਾ ਪਤਾ ਹੁੰਦਾ ਕਿ ਇਹਨੇ ਮਰ ਜਾਣਾ ਥੋੜੇ ਟਾਈਮ ਤੱਕ ਹਾਲਾਂਕਿ ਮੌਤ ਅਕਾਲ ਪੁਰਖ ਦੇ ਹੱਥ ਹੈ ਇਸ ਨੂੰ ਕੋਈ ਵੀ ਆਪਣੇ ਹੱਥ ਚ ਲੈ ਨਹੀਂ ਸਕਦਾ ਕਿ ਕਿਹੜੇ ਇਨਸਾਨ ਨੇ ਕਦੋਂ ਮਰਨਾ ਹੈ ਪਰ ਜਿਹੜੀਆਂ ਹੁਣ ਮੌਤਾਂ ਹੋ ਰਹੀਆਂ ਨੇ ਉਹ ਅਜਿਹੇ ਮੌਤਾਂ ਵੀ ਹੋ ਰਹੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਲੋਕ ਹੈਰਾਨ ਰਹਿ ਜਾਂਦੇ ਨੇ ਕਿ ਅੱਛਾ ਇਹ ਵੀ ਕਰੋਨਾ ਦੇ ਨਾਲ ਮਰ ਗਿਆ ਚੰਗਾ ਭਲਾ ਬੰਦਾ ਤੰਦਰੁਸਤ ਸੋ ਇਹ ਜਿਹੜੀ ਰਿਪੋਰਟ ਹੁਣ ਸਾਹਮਣੇ ਆਈ ਹੈ ਕਿ 17% ਦੀ ਉਹ ਲੋਕ ਮਰ ਗਏ ਨੇ ਜਿਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਸੀ ਜਿਹੜੇ ਨੌਜਵਾਨ ਸੀ ਸਿਹਤਮੰਦ ਸੀ ਸੂਬੇ ਦੇ ਸਿਹਤ ਵਿਭਾਗ ਦੇ ਮੁਤਾਬਕ ਇਹ ਚਿੰਤਾਜਨਕ ਰੁਝਾਨ ਹੈ ਤੇ ਲਗਭਗ 17% ਦੀ ਮੌਤਾਂ ਜਿਹੇ ਲੋਕਾਂ ਦੀਆਂ ਹੋ ਗਈਆਂ ਨੇ ਜਦਕਿ 26% ਲੋਕ 70 ਸਾਲ ਤੋਂ ਉੱਪਰ ਦੇ ਹਨ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਨੇ 29% 61 ਤੋਂ 70 ਸਾਲ ਉਮਰ ਵਰਗ ਦੇ ਹਨ 24% ਲੋਕ 51 ਤੋਂ 60 ਸਾਲਾਂ ਦੇ ਵਿਚਕਾਰ ਹਨ ਜਦਕਿ 5% ਲੋਕ 31 ਤੋਂ 40 ਸਾਲ ਉਮਰ ਵਰਗ ਦੇ ਵੀ ਹਨ ਜਿਹੜੇ ਕਰੋਨਾ ਦੀ ਬਲੀ ਚੜ ਰਹੇ ਨੇ ਪੰਜਾਬ ਦੇ ਵਿੱਚ ਲੰਘੇ ਚਾਰ ਦਿਨਾਂ ਦੇ ਵਿੱਚ ਚਾਰ ਸਰਕਾਰੀ ਡਾਕਟਰਾਂ ਨੇ ਅਸਤੀਫਾ ਦੇ ਦਿੱਤਾ ਬਠਿੰਡਾ ਤੇ ਸ੍ਰੀ ਮੁਕਸਿਸ ਸਾਹਿਬ ਜ਼ਿਲ੍ਹੇ ਦੇ ਵਿੱਚ ਇਹ ਚਾਰੇ ਡਾਕਟਰ ਤਨਨਾਤ ਹਨ ਡਾਕਟਰ ਜਯੰਤ ਅਗਰਵਾਲ ਡਾਕਟਰ ਅਮਨਦੀਪ ਗੋਇਲ ਡਾਕਟਰ ਰਾਜੀਵ ਜੈਨ ਤੇ ਡਾਕਟਰ ਦੀਪਕ ਗੁਪਤਾ ਜਿਨ੍ਹਾਂ ਨੇ ਆਪਣੀਆਂ ਨੌਕਰੀਆਂ ਤੋਂ ਅਸਤੀਫਾ ਦਿੱਤਾ ਇਹਨਾਂ ਦੇ ਵਿੱਚੋਂ ਤਿੰਨ ਡਾਕਟਰ ਬਠਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਤੇ ਇੱਕ ਡਾਕਟਰ ਮੁਕਸਿਸ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਜਾਣਕਾਰੀ ਮੁਤਾਬਕ ਇਨ੍ਹਾਂ ਡਾਕਟਰਾਂ ਨੇ ਕੰਮ ਦੇ ਦਬਾਅ ਕਾਰਨ ਨੌਕਰੀ ਛੱਡੀ ਹੈ ਜ਼ਿਆਦਾਤਰ ਡਾਕਟਰਾਂ ਨੇ ਸਰਕਾਰੀ ਅਹੁਦਿਆਂ ਤੋਂ ਅਸਤੀਫਾ ਦੇ ਕੇ ਨਿੱਜੀ ਹਸਪਤਾਲ ਖੋਲ੍ਹ ਲਏ ਨੇ ਹੁਣ ਇਸ ਮਸਲੇ ਦੇ ਵਿੱਚ ਵੀ ਜ਼ਰਾ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਪ੍ਰਾਈਵੇਟ ਹਸਪਤਾਲ ਜ਼ਿਆਦਾਤਰ ਲੋਕਾਂ ਨੂੰ ਲੁੱਟ ਰਹੇ ਨੇ ਕਰੋਨਾ ਦੇ ਜਿਹੜੇ ਬੈੱਡ ਹੈਗੇ ਨੇ ਉਹਨਾਂ ਦੀਆਂ ਫੀਸਾਂ ਬਹੁਤ ਜ਼ਿਆਦਾ ਲਈਆਂ ਜਾ ਰਹੀਆਂ ਨੇ ਕਈ ਹਸਪਤਾਲਾਂ ਦੇ ਵਿੱਚ ਤਾਂ ਇੱਕ ਦਿਨ ਦੀ ਇੱਕ ਬੈੱਡ ਦੀ ਕੀਮਤ 30-30 ਹਜ਼ਾਰ ਵੀ ਵਸੂਲੀ ਜਾ ਰਹੀ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਕੰਮ ਦੇ ਦਬਾਅ ਕਾਰਨ ਜੇ ਡਾਕਟਰ ਪ੍ਰਾਈਵੇਟ ਹਸਪਤਾਲ ਖੋਲ ਰਹੀ ਨੇ ਅਜਿਹੇ ਦੌਰ ਦੇ ਵਿੱਚ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਰੋਨਾ ਮਰੀਜ਼ਾਂ ਦਾ ਇਲਾਜ ਨਹੀਂ ਕਰਨਾ ਚਾਹੁੰਦੇ ਬਲਕਿ ਉਹ ਆਜ਼ਾਦ ਹੋ ਕੇ ਕਰੋਨਾ ਮਰੀਜ਼ਾਂ ਦਾ ਇਲਾਜ ਕਰਨਾ ਚਾਹੁੰਦੇ ਨੇ ਅਸੀਂ ਕਿਸੇ ਤੇ ਉਂਗਲ ਨਹੀਂ ਚੁੱਕ ਰਹੇ ਪਰ ਇਹ ਗੱਲਾਂ ਵਾਪਰ ਦੀਆਂ ਨੇ ਡਾਕਟਰ ਮਹਿਕਮੇ ਦੇ ਨਾਲ ਜੁੜੇ ਜਿਹੜੇ ਲੋਕ ਹੈਗੇ ਨੇ ਉਹ ਵੀ ਲੋਕਾਂ ਨੂੰ ਅਜਿਹੇ ਦੌਰ ਦੇ ਵਿੱਚ ਜਦੋਂ ਲੁੱਟਦੇ ਨੇ ਜਿਨ੍ਹਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਲੋਕਾਂ ਦੇ ਵੱਲੋਂ ਤਾਂ ਇਸ ਤੋਂ ਵੱਧ ਦੁਖਦਾਈ ਸ਼ਾਇਦ ਕੁਝ ਵੀ ਨਹੀਂ ਹੁੰਦਾ ਹਾਲਾਂਕਿ ਇਸ ਦੌਰ ਦੇ ਵਿੱਚ ਕੱਲੇ ਡਾਕਟਰ ਹੀ ਨਹੀਂ ਬਲਕਿ ਹੋਰ ਵੀ ਕਈ ਅਜਿਹੇ ਜਿਹੜੇ ਵਪਾਰਾਂ ਦੇ ਨਾਲ ਜੁੜੇ ਲੋਕ ਹੁੰਦੇ ਨੇ ਜਿਹੜੇ ਅਜਿਹੇ ਮੁਸ਼ਕਲ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਲੁੱਟਣੋਂ ਬਾਜ਼ ਨਹੀਂ ਆਉਂਦੇ ਖੈਰ ਇਹਨਾਂ ਚਾਰ ਡਾਕਟਰਾਂ ਨੇ ਸਰਕਾਰੀ ਅਹੁਦਿਆਂ ਤੋਂ ਅਸਤੀਫਾ ਦੇ ਕੇ ਕੰਮ ਦੇ ਦਬਾਅ ਦਾ ਕਾਰਨ ਦੱਸਦੇ ਹੋਏ ਨਿੱਜੀ ਹਸਪਤਾਲ ਖੋਲ੍ਹ ਲੈਨੇ ਵਿਦੇਸ਼ੀ ਮਦਦ ਦੇ ਵਿੱਚੋਂ ਆਖਰਕਾਰ ਪੰਜਾਬ ਨੂੰ ਵੀ ਨਗੂਣਾ ਹਿੱਸਾ ਮਿਲ ਗਿਆ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਨੂੰ 2200 ਰੈਮਡੇਸਵੀਰ ਟੀਕੇ ਮਿਲੇ ਨੇ ਤੇ 100 ਆਕਸੀਜਨ ਕਨਸੈਂਟਰੇਟਰ ਵੀ ਮਿਲੇ ਨੇ ਹਾਲਾਂਕਿ ਸਾਨੂੰ ਹੋਰ ਵੀ ਮਦਦ ਦੀ ਲੋੜ ਹੈ ਸਿੱਧੂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਕੋਰੋਨਾ ਵੈਕਸੀਨ ਦਾ ਸਿਰਫ छे मई शाम तक का ही कोटा बचा है कोरोना का टीका खत्म हो जाएगा दरअसल पिछले दिन बलबीर सिद्धू ने केंद्र सरकार से के निशाना कसया से कहा कि पंजाब नदेशी मदद चो एक किणका भी नहीं मिलिया ਜੋ ਯੂਕੇ ਤੇ ਕੁਵੈਤ ਤੋਂ ਭਾਰਤ ਨੂੰ ਵੱਡੀ ਗਿਣਤੀ ਵਿੱਚ ਵੈਂਟਿਲੇਟਰ ਤੇ ਆਕਸੀਜਨ ਸਿਲੰਡਰ ਮਿਲੇ ਨੇ ਪਰ ਹੁਣ ਪੰਜਾਬ ਨੂੰ ਵੀ ਇਹਨਾਂ ਦੀ ਸਪਲਾਈ ਕਰ ਦਿੱਤੀ ਹੈ ਹਾਲਾਂਕਿ 220 ਰੈਮਡਿਸਵੀਰ ਟੀਕੇ ਨੇ ਜਿਹੜੇ ਉਹ ਦਿੱਤੇ ਗਏ ਨੇ ਪਰ ਜਿਹੜੇ ਕਰੋਨਾ ਰੋਕੂ ਟੀਕੇ ਨੇ ਉਹਨਾਂ ਦੀ ਹਾਲੇ ਕੋਈ ਖੇਪ ਨਹੀਂ ਮਿਲੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀਟੀਐਮ ਦੇ ਮਾਲਕ ਵਿਜੇ ਸ਼ੇਖਰ ਦਾ ਕਰੋਨਾ ਮਹਾਮਾਰੀ ਦੇ ਵਿਰੁੱਧ ਲੜਾਈ ਵਿੱਚ ਆਕਸੀਜਨ ਦੇ ਕਨਸੈਂਟਰੇਟਰ ਤੇ ਜਨਰੇਟਰ ਦਾਨ ਕਰਨ ਦੇ ਲਈ ਧੰਨਵਾਦ ਕੀਤਾ ਹੈ ਪਟਿਆਲਾ ਦੇ ਵਿੱਚ ਪਹੁੰਚੇ ਕੈਬਨਿਟ ਮੰਤਰੀ ਓਪੀ ਸੋਨੀ ਨੇ ਐਲਾਨ ਕੀਤਾ ਕਿ ਕਰੋਨਾ ਮਰੀਜ਼ਾਂ ਵਾਸਤੇ ਬੈੱਡਾਂ ਦੀ ਸਮਰੱਥਾ 25% ਵਧਾਈ ਜਾ ਰਹੀ ਹੈ ਪਟਿਆਲਾ ਦੇ ਮੈਡੀਕਲ ਕਾਲਜ ਸਰਕਾਰੀ ਰਜਿੰਦਰਾ ਹਸਪਤਾਲ ਦਾ ਦੌਰਾ ਕੀਤਾ ਕਿਹਾ ਕਿ ਇੱਥੇ ਆਕਸੀਜਨ ਦੀਆਂ ਪਾਈਪਾਂ ਵਾਲੇ ਬੈੱਡਾਂ ਦੀ ਸਮਰੱਥਾ ਵਧਾਈ ਜਾ ਰਹੀ ਹੈ ਜਿਸ ਤਰ੍ਹਾਂ ਨੂੰ ਮੁੱਢਲੇ ਤੌਰ ਤੇ ਜਿਹੇ 125 ਬੈੱਡ ਵਧਾਏ ਜਾਣਗੇ ਮੰਤਰੀ ਨੇ ਕਿਹਾ ਕਿ ਕਰੋਨਾ ਵਾਰਡਾਂ ਨਾਲ ਲੱਗੇ ਸੀਸੀਟੀਵੀ ਕੈਮਰਿਆਂ ਦੇ ਨਾਲ ਅਟੈਚ ਕੀਤੀ ਐਲਸੀਡੀ ਕਰੋਨਾ ਸੰਬੰਧੀ ਕੰਟਰੋਲ ਰੂਮ ਨੇ ਵਿੱਚ ਵੀ ਲਾਈ ਜਾਏਗੀ ਪਟਿਆਲਾ ਚੰਡੀਗੜ੍ਹ ਸੜਕ ਦੇ ਉੱਤੇ ਬਣੇ ਹੋਏ ਗਿਆਨ ਸਾਗਰ ਹਸਪਤਾਲ ਦੇ ਵਿੱਚ ਕਰੋਨਾ ਮਰੀਜ਼ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਨੇ ਹੰਗਾਮਾ ਕਰ ਦਿੱਤਾ ਪਰਿਵਾਰ ਵਾਲਿਆਂ ਨੇ ਸੜਕ ਨੂੰ ਜਾਮ ਕਰ ਦਿੱਤਾ ਇਲਜ਼ਾਮ ਲਾਇਆ ਗਿਆ ਡਾਕਟਰਾਂ ਦੀ ਅਣਗਹਿਲੀ ਦਾ ਪਠਾਨਕੋਟ ਦੇ ਵਿੱਚ ਜਿਹੜੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਮੁਲਾਜ਼ਮ ਹੈਗੇ ਨੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਕਿਹਾ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਅਜਿਹੇ ਦੌਰ ਦੇ ਵਿੱਚ ਸਰਕਾਰਾਂ ਦੀ ਸਭ ਤੋਂ ਜਿਹੜੀ ਵੱਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਸਿਹਤ ਕਾਮਿਆਂ ਨੂੰ ਕੋਈ ਮੁਸ਼ਕਲ ਨਾ ਆਵੇ ਕਿਉਂਕਿ ਸਿਹਤ ਕਾਮਿਆਂ ਦੀਆਂ ਜੇ ਲੋੜਾਂ ਹੀ ਨਹੀਂ ਪੂਰੀਆਂ ਹੋਣਗੀਆਂ ਤਾਂ ਉਹ ਲੋਕਾਂ ਦਾ ਇਲਾਜ ਕਿੱਥੋਂ ਕਰਨਗੇ ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਿਹਤ ਕਾਮਿਆਂ ਨੂੰ ਜਿੰਨਾ ਉਹ ਕਰ ਰਹੇ ਨੇ ਉਸ ਤੋਂ ਵੀ ਵੱਧ ਕੇ ਉਹਨਾਂ ਨੂੰ ਰਿਗਾਰਡ ਹੈ ਜਿਹੜਾ ਉਹ ਦੇਣਾ ਚਾਹੀਦਾ ਕਿਉਂਕਿ ਦਿਨ ਰਾਤ ਡਿਊਟੀਆਂ ਕਰਦੇ ਨੇ ਡਬਲ ਡਿਊਟੀਆਂ ਕਰਦੇ ਨੇ ਔਰ ਡਾਕਟਰਾਂ ਦੀ ਜੇ ਆਪਾਂ ਦੇਖ ਲਈਏ ਜੋ ਹਾਲਤ ਹੁੰਦੀ ਹੈ ਇਸ ਇਸ ਵਕਤ ਗਰਮੀ ਦਾ ਮੌਸਮ ਹੈ ਪੀਪੀ ਕਿੱਟ ਉਹਨਾਂ ਨੇ ਝਾੜੀ ਹੁੰਦੀ ਹੈ ਡਬਲ ਡਬਲ ਮਾਸਕ ਪਾਏ ਹੁੰਦੇ ਨੇ ਫੇਸ ਸ਼ੀਲਡ ਪਾਏ ਹੁੰਦੇ ਨੇ ਤੇ ਰਾਤ ਨੂੰ ਕਹਿੰਦੇ ਜਦੋਂ ਅਸੀਂ ਕਰੋਨਾ ਕਿੱਟ ਆਪਣੀ ਡਿਊਟੀ ਤੋਂ ਬਾਅਦ ਲਾਉਂਦੇ ਆ ਤਾਂ ਸਾਡੇ ਪੈਰਾਂ ਥੱਲੇ ਇੰਨਾ ਜ਼ਿਆਦਾ ਪਾਣੀ ਹੁੰਦਾ ਮੁੜਕਾ ਹੁੰਦਾ ਜਿਵੇਂ ਚਿੱਕੜ ਦੇ ਵਿੱਚ ਸਾਡੇ ਪੈਰ ਤੁਰੇ ਫਿਰਦੇ ਹੋਣ ਇਸ ਤਰ੍ਹਾਂ ਮਹਿਸੂਸ ਹੁੰਦਾ ਹੁੰਦਾ ਹੈ ਸੋ ਕਈ ਵਾਰੀ ਇਹ ਜੀਆਂ ਜਿਹੜੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਨੇ ਪਿਛਲੇ ਸਾਲ ਜਦੋਂ ਡਾਕਟਰ ਵੀ ਬੇਹੋਸ਼ ਹੋ ਕੇ ਡਿੱਗਦੇ ਰਹੇ ਨੇ ਸੋ ਜ਼ਰੂਰ ਉਹਨਾਂ ਸਾਰੇ ਸਿਹਤ ਕਰਮੀਆਂ ਨੂੰ ساری ਦੁਨੀਆ ਦੇ ਸਿਹਤ ਕਰਮੀਆਂ ਨੂੰ ਅਸੀਂ ਜ਼ਰੂਰ ਸਲਾਮ ਕਰਾਂਗੇ ਜਿਹੜੇ ਅਸਲ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਕੋਵਿਡ-19 ਮਾਮਲਿਆਂ ਦੇ ਵਿੱਚ ਵੱਡਾ ਵਾਧਾ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਸਖਤ ਰੋਕਾਂ ਲਾਉਣ ਸੰਬੰਧੀ ਜਿਹੜੇ ਨਵੇਂ ਦਿਸ਼ਾ ਨਿਰਦੇਸ਼ ਦਿੱਤੇ ਨੇ ਜਿਹੜੇ ਲੋਕ ਉਹਨਾਂ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਪਿਛਲੇ 3 ਦਿਨਾਂ ਦੇ ਵਿੱਚ ਪੂਰੇ ਸੂਬੇ ਦੇ ਵਿੱਚ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੇ ਲਈ ਲਗਭਗ 6531 ਪੰਜਾਬੀਆਂ ਦੇ ਚਲਾਨ ਕੱਟੇ ਨੇ ਤੇ 629 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੰਜਾਬ ਸਰਕਾਰ ਨੇ ਦੋ ਨੋਡਲ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ ਜੋ ਬਾਰਡਰਾਂ ਦੇ ਉੱਤੇ ਇਹ ਯਕੀਨੀ ਬਣਾਉਣਗੇ ਕਿ ਵਿਦੇਸ਼ਾਂ ਤੋਂ ਸੂਬੇ ਦੇ ਵਿੱਚ ਜੋ ਕੋਵਿਡ-19 ਨੂੰ ਲੈ ਕੇ ਰਾਹਤ ਲੈ ਕੇ ਆ ਰਹੇ ਵਿਅਕਤੀ ਤੇ ਸੰਸਥਾਵਾਂ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਟੈਕਸ ਤੋਂ ਛੋਟ ਦਿੱਤੀ ਜਾਵੇ। कोरोना काल ਦੌਰਾਨ ਹਸਪਤਾਲਾਂ ਦੇ ਵਿੱਚ ਦਾਖਲ ਮਰੀਜ਼ਾਂ ਤੋਂ ਕਈ ਡਾਕਟਰਾਂ ਦੇ ਵੱਲੋਂ ਕੀਤੀ ਜਾ ਰਹੀ ਨਜਾਇਜ਼ ਵਸੂਲੀ ਤੇ ਐਕਸ਼ਨ ਲੈਂਦਿਆਂ ਹੋਇਆਂ ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਖਤ ਨਿਖੇਦੀ ਕਰਦਿਆਂ ਸਖਤ ਐਕਸ਼ਨ ਲੈਣ ਦੀ ਮੰਗ ਕੀਤੀ ਹੈ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਕਿਹਾ ਕਿ ਮੇਰੇ ਧਿਆਨ ਵਿੱਚ ਆਇਆ ਕਿ ਸ੍ਰੀ ਮੁਕਸਰ ਸਾਹਿਬ ਤੇ ਗਿੱਦੜਬਾਹਾ ਦੇ ਵਿੱਚ ਡਾਕਟਰਾਂ ਦੇ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਦੇ ਨਾਂ ਤੇ ਲੱਖਾਂ ਰੁਪਏ ਦੇ ਨਜਾਇਜ਼ ਬਿੱਲ ਬਣਾਏ ਜਾ ਰਹੇ ਨੇ ਜੋ ਕਿ ਗਲਤ ਹੈ ਕੋਰੋਨਾ ਮਰੀਜ਼ ਦਾ ਰੋਜ਼ਾਨਾ ਲਗਭਗ 7000 ਰੁਪਏ ਦਾ ਖਰਚਾ ਬਣਦਾ ਹੈ ਜੋ ਕਿ ਇਹ ਵੱਧ ਵਸੂਲਿਆ ਜਾ ਰਿਹਾ ਹੈ ਵੜਿੰਗ ਨੇ ਕਿ ਹੈ ਕਿ ਡਾਕਟਰ ਅਜਹੀਆਂ ਗਲਤ ਹਰਕਤਾਂ ਨਾ ਕਰਨ ਕਿਉਂਕਿ ਇਹ ਦੌਰ ਹੈ ਜਿਹੜਾ ਲੋਕਾਂ ਨੂੰ ਲੁੱਟਣ ਦਾ ਨਹੀਂ ਹੈ ਬਲਕਿ ਜਾਨਾਂ ਬਚਾਉਣ ਦਾ ਹੈ ਸ਼੍ਰੀ ਨਾਨਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਚਿੱਠੀ ਲਿਖ ਕੇ ਪੰਜਾਬ ਚ ਕਰੋਨਾ ਰੋਧਕ ਟੀਕਿਆਂ ਦੀ ਘਾਟ ਦਾ ਮੁੱਦਾ ਚੁੱਕਿਆ ਹੈ ਇਹ ਚਿੱਠੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਗੀ ਰਾਤ ਕੀਤੇ ਗਏ ਟਵੀਟ ਦੇ ਸੰਬੰਧ ਵਿੱਚ ਉਹਨਾਂ ਨੇ ਲਿਖੀ ਹੈ ਜਿਸ ਵਿੱਚ ਮੁੱਖ ਮੰਤਰੀ ਨੇ ਸੂਬੇ ਅੰਦਰ ਕਰੋਨਾ ਦੇ ਟੀਕੇ ਦੀ ਭਾਰੀ ਘਾਟ ਦੀ ਗੱਲ ਕਹੀ ਸੀ। ਮਨੀਸ਼ ਦਿਵਾੜੀ ਨੇ ਕੇਂਦਰੀ ਮੰਤਰੀ ਨੂੰ ਪੱਖਪਾਤ ਛੱਡ ਕੇ ਪੰਜਾਬ ਨੂੰ ਟੀਕਿਆਂ ਵਿੱਚ ਬਣਦਾ ਹਿੱਸਾ ਜਲਦੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਪਲਾਂਟ ਸਥਾਪਿਤ ਕਰਨ ਦੇ ਨਾਲ-ਨਾਲ ਕਨਸੈਂਟਰੇਟਰ ਦੇ ਰਾਹੀਂ ਹਵਾ ਤੋਂ ਆਕਸੀਜਨ ਤਿਆਰ ਕਰਕੇ ਮੈਡੀਕਲ ਸੇਵਾਵਾਂ ਦੇਣ ਦਾ ਐਲਾਨ ਕੀਤਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਰੋਨਾ ਮਹਾਮਾਰੀ ਨਾਲ ਬਣੇ ਹਾਲਾਤਾਂ ਨਾਲ ਜਿੱਠਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਵਿੱਚ ਆਕਸੀਜਨ ਪਲਾਂਟ ਤਿਆਰ ਕੀਤਾ ਗਿਆ ਜੋ ਅਗਲੇ ਹਫ਼ਤੇ ਆਪਣੀਆਂ ਸੇਵਾਵਾਂ ਸ਼ੁਰੂ ਕਰ ਦੇਵੇਗਾ ਕਰੋਨਾ ਸੰਕਟ ਦੌਰਾਨ ਪੰਜਾਬ ਦੇ ਵਿੱਚ ਖੂਨਦਾਨ ਘਟ ਜਾਣ ਕਾਰਨ ਬਲੱਡ ਬੈਂਕ ਵੀ ਖਾਲੀ ਹੁੰਦੇ ਜਾ ਰਹੇ ਨੇ ਸਿਹਤ ਵਿਭਾਗ ਦੇ ਨਿਯਮਾਂ ਦੇ ਮੁਤਾਬਕ ਕਰੋਨਾ ਰੋਕੂ ਟੀਕਾ ਲਵਾਉਣ ਵਾਲਾ ਕੋਈ ਵੀ ਵਿਅਕਤੀ 45 ਤੋਂ 60 ਦਿਨਾਂ ਤੱਕ ਖੂਨਦਾਨ ਨਹੀਂ ਕਰ ਸਕਦਾ ਜਿਸ ਕਾਰਨ ਹਸਪਤਾਲਾਂ ਦੇ ਬਲੱਡ ਬੈਂਕਾਂ ਦੇ ਵਿੱਚ ਖੂਨ ਘਟਣ ਲੱਗਿਆ ਹੈ ਇਸ ਸੰਕਟ ਕਾਰਨ ਥੈਲੇਸੀਮੀਆ ਕੈਂਸਰ ਡਾਇਲਿਸਿਸ ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਤੇ ਹੋਰ ਨਾਂ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏਗਾ ਇਸ ਵਕਤ ਸਰਕਾਰ ਨੇ 18 ਤੋਂ 45 ਸਾਲ ਦੇ ਲੋਕਾਂ ਲਈ ਵੀ ਟੀਕਾ ਕਰਨ ਲਾਜ਼ਮੀ ਕਰ ਦਿੱਤਾ ਹੈ ਤੇ ਜ਼ਿਆਦਾਤਰ ਖੂਨਦਾਨ ਇਸੇ ਉਮਰ ਵਰਗ ਦੇ ਲੋਕ ਕਰਦੇ ਨੇ ਤੇ ਜਦੋਂ ਇਹਨਾਂ ਲੋਕਾਂ ਦਾ ਟੀਕਾਕਰਨ ਹੋਏਗਾ ਤਾਂ ਉਹ 45 ਤੋਂ 60 ਦਿਨਾਂ ਦੇ ਅੰਦਰ ਖੂਨਦਾਨ ਨਹੀਂ ਕਰ ਸਕਣਗੇ ਜ਼ਾਹਿਰ ਤੌਰ ਤੇ ਬਲੱਡ ਬੈਂਕ ਦੇ ਵਿੱਚ ਘਾਟ ਆਏਗੀ ਇਸ ਦਰਮਿਆਨ ਬਲੱਡ ਬੈਂਕਾਂ ਦੇ ਪ੍ਰਬੰਧਕ ਖੂਨਦਾਨੀਆਂ ਨੂੰ ਟੀਕਾ ਲਵਾਉਣ ਤੋਂ ਪਹਿਲਾਂ ਖੂਨਦਾਨ ਦੀ ਅਪੀਲ ਕਰ ਰਹੇ ਨੇ ਸੋ ਜਿਹੜੇ ਵੀ ਖੂਨਦਾਨੀ ਹੈਗੇ ਨੇ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਜਿਹੜੇ ਖੂਨਦਾਨ ਕਰਦੇ ਨੇ ਉਹ ਟੀਕਾ ਲਵਾਉਣ ਤੋਂ ਪਹਿਲਾਂ ਆਪਣਾ ਖੂਨਦਾਨ ਜ਼ਰੂਰ ਕਰਨ ਚੰਡੀਗੜ੍ਹ ਦੇ ਵਿੱਚ ਕਰੋਨਾ ਦੇ ਵਧ ਰਹੇ ਕੇਸਾਂ ਦੀ ਰੋਕ-ਥਾਮ ਕਰਕੇ ਯੂਟੀ ਪ੍ਰਸ਼ਾਸਨ ਨੇ ਜਿਹੜੀ 7 ਦਿਨਾਂ ਦੀ ਸਖਤੀ ਵਿਧਾਈ ਹੈ ਉਸ ਦੇ ਵਿੱਚ ਗੈਰ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨਹੀਂ ਖੋਲੀਆਂ ਜਾ ਸਕਦੀਆਂ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਪੰਜਾਬ ਦੀ ਤਰਜ਼ ਤੇ ਸਾਨੂੰ ਵੀ ਕੁਝ ਦੁਕਾਨਾਂ ਖੋਲਣ ਦੀ ਖੋਲਣ ਦੀ ਜਿਹੜੀ ਇਜਾਜ਼ਤ ਦਿੱਤੀ ਜਾਵੇ ਜਿਵੇਂ ਕਿ ਸ਼ਰਾਬ ਕਾਰੋਬਾਰੀ ਤੇ ਹਾਰਡਵੇਅਰ ਦੀਆਂ ਦੁਕਾਨਾਂ ਪਰ ਯੂਟੀ ਪ੍ਰਸ਼ਾਸਨ ਨੇ ਇਹਨਾਂ ਦੀ ਮੰਗ ਨੂੰ ਠੁਕਰਾ ਦਿੱਤਾ ਹੈ ਚੰਡੀਗੜ੍ਹ ਦੇ ਵਿੱਚ ਸ਼ਰਾਬ ਦੇ ਠੇਕੇ ਨਹੀਂ ਖੁੱਲਣਗੇ ਚੰਡੀਗੜ੍ਹ ਦੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਬੈੱਡਾਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ ਜੋ ਕਿ ਕਰੋਨਾ ਮਹਾਮਾਰੀ ਦੌਰਾਨ ਵਧ ਰਹੇ ਕੇਸਾਂ ਦੇ ਵਿੱਚ ਕਾਫੀ ਚਿੰਤਾਜਨਕ ਹੈ ਚੰਡੀਗੜ੍ਹ ਦੇ ਪ੍ਰਾਈਵੇਟ ਹਸਪਤਾਲਾਂ ਦੇ ਲਗਭਗ ਸਾਰੇ ਬੈੱਡ ਫੁੱਲ ਹੋ ਚੁੱਕੇ ਨੇ ਜਦਕਿ ਪੀਜੀਆਈ ਸਮੇਤ ਹੋਰਨਾਂ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਮੁਤਾਬਕ ਬੈੱਡਾਂ ਦੀ ਗਿਣਤੀ ਨਾ ਮਾਤਰ ਹੀ ਰਹਿ ਗਈ ਹੈ ਸਿਹਤ ਵਿਭਾਗ ਦੇ ਡਾਇਰੈਕਟਰ ਡਾਕਟਰ ਅਮਨਦੀਪ ਕੌਰ ਕਾਂਗ ਨੇ ਦੱਸਿਆ ਕਿ ਜੇ ਲੋਕਾਂ ਨੇ ਹਾਲੇ ਵੀ 2-4 ਦਿਨਾਂ ਦੇ ਵਿੱਚ ਕੋਵਿਡ ਮਹਾਮਾਰੀ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਹਸਪਤਾਲਾਂ ਦੇ ਵਿੱਚ ਬੈੱਡ ਮਿਲਨੇ ਬਿਲਕੁਲ ਬੰਦ ਹੋ ਜਾਣਗੇ ਤੇ ਹਾਲਾਤ ਵੱਧ ਤੋਂ ਵੱਧ ਤਰ ਹੋ ਜਾਣਗੇ ਇਸ ਦਰਮਿਆਨ ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਜਗਤਰਾਮ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਅਪੀਲ ਕੀਤੀ ਹੈ ਕਿ ਕਰੋਨਾ ਦੇ ਲੱਛਣ ਦਿਖਾਈ ਦੇਣ ਤੇ ਇੱਕਦਮ ਹਸਪਤਾਲਾਂ ਵੱਲ ਨਾ ਭਜੋ ਬੁਖਾਰ ਜ਼ੁਖਾਮ ਹੋਣ ਤੇ ਪਹਿਲਾਂ ਆਪਣੇ ਘਰ ਦੇ ਵਿੱਚ ਰਹੋ ਦਵਾਈ ਲਓ ਪੈਰਾਸੈਟਾਮੋਲ ਲਓ 650mg 4 ਵਾਰੀ ਲਗਾਤਾਰ ਲਓ ਜੇ ਫੇਰ ਵੀ ਤੁਹਾਡਾ ਬੁਖਾਰ ਨਹੀਂ ਉਤਰਦਾ ਤਾ ਤੁਹਾਨੂੰ ਗੰਭੀਰ ਜਦੋਂ ਲੱਗੇ ਸਮੱਸਿਆ ਫੇਰ ਪੀਜੀਆਈ ਵੱਲ ਆਉਣਾ ਚਾਹੀਦਾ ਨਹੀਂ ਤਾਂ ਗੰਭੀਰ ਮਰੀਜ਼ਾਂ ਲਈ ਵੀ ਬੈੱਡ ਖਤਮ ਹੋ ਜਾਣਗੇ ਕਰੋਨਾ ਕਰਕੇ ਟ੍ਰਾਈ ਸਿਟੀ ਦੇ ਸਕੂਲ ਬੱਸ ਆਪਰੇਟਰਾਂ ਦਾ ਚੱਕਾ ਦੂਸਰੇ ਸਾਲ ਵੀ ਜਾਮ ਹੈ ਬੱਸ ਮਾਲਕਾਂ ਨੂੰ ਹੁਣ ਕਿਸ਼ਤਾਂ ਨਾ ਭਰਨ ਤੇ ਬੈਂਕਾਂ ਨੇ ਵੀ ਕਾਨੂੰਨੀ ਨੋਟਿਸ ਭੇਜਨੇ ਸ਼ੁਰੂ ਕਰ ਦਿੱਤੇ ਨੇ ਕਈ ਬੱਸ ਮਾਲਕਾਂ ਨੇ ਤਾਂ ਬੱਸਾਂ ਵੇਚਣ ਤੱਕ ਦੀ ਤਿਆਰੀ ਕਰ ਲਈ ਹੈ ਬੱਸ ਮਾਲਕਾਂ ਨੇ ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਚਿੱਠੀ ਲਿਖ ਕੇ ਰਾਹਤ ਮੰਗੀ ਹੈ ਤਾਂ ਕਿ ਉਹ ਘਰਾਂ ਦੇ ਖਰਚੇ ਤਾਂ ਚਲਾ ਸਕਣ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਜਦੋਂ ਤੱਕ ਸਕੂਲ ਨਹੀਂ ਖੁੱਲਦੇ ਉਦੋਂ ਤੱਕ ਮੋਟਰ ਵਹੀਕਲ ਟੈਕਸ ਪਰਮਿਟ ਫੀਸ ਰੀਨਿਊਅਲ ਅਤੇ ਸਕੂਲ ਬੱਸ ਫਿਟਨੈਸ ਸਰਟੀਫਿਕੇਟ ਦੀ ਮਿਆਦ ਵਧਾਈ ਜਾਵੇ ਨਹੀਂ ਤਾਂ ਉਹਨਾਂ ਨੂੰ ਬੱਸਾਂ ਵੇਚਣ ਲਈ ਮਜਬੂਰ ਹੋਣਾ ਪਵੇਗਾ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਸਕੂਲ ਬੱਸਾਂ ਬੰਦ ਹੋਣ ਦੇ ਨਾਲ ਟ੍ਰਾਈ ਸਿਟੀ ਦੇ 4000 ਡਰਾਈਵਰ ਅਤੇ ਸਟਾਫ ਮੈਂਬਰ ਵਿਲੇ ਹੋ ਰਹੇ ਨੇ ਉਹਨਾਂ ਨੂੰ ਦਿਹਾੜੀ ਕਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਪਰ ਹੁਣ ਕੋਰੋਨਾ ਕਰਕੇ ਦਿਹਾੜੀ ਵੀ ਨਹੀਂ ਮਿਲਦੀ ਇਹ ਲੋਕਾਂ ਦੇ ਜ਼ਮੀਨੀ ਹਾਲਾਤ ਹੋ ਗਏ ਨੇ ਪਰ ਇਥੋਂ ਦੀਆਂ ਸਰਕਾਰਾਂ ਨੇ ਜਿਹੜੀਆਂ ਉਹ ਲੋਕਾਂ ਲਈ ਕੋਈ ਵੀ ਰਾਹਤ ਪੈਕੇਜ ਨਹੀਂ ਦਿੰਦੀਆਂ ਪੰਜਾਬ ਰੈਵਨਿਊ ਐਸੋਸੀਏਸ਼ਨ ਨੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਨਾਲ ਮੀਟਿੰਗ ਤੋਂ ਬਾਅਦ 21 ਮਈ ਤੱਕ ਹੜਤਾਲ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਹੈ ਸੂਬੇ ਪ੍ਰਧਾਨ ਗੁਰਦੇਵ ਸਿੰਘ ਧਮ ਨੇ ਦੱਸਿਆ ਕਿ ਰਾਜ ਭਰ ਦੇ ਵਿੱਚ ਸੂਬਾ ਭਰ ਦੇ ਵਿੱਚ ਰਜਿਸਟਰੀਆਂ ਸਰਟੀਫਿਕੇਟ ਇੰਤਕਾਲ ਕਰੋਨਾ ਡਿਊਟੀਆਂ ਦਾ ਕੰਮ ਹੁਣ ਸ਼ੁਰੂ ਹੋ ਜਾਏਗਾ ਪਰ ਕਾਰਜਕਾਰੀ ਮੈਜਿਸਟ੍ਰੇਟ ਡਿਊਟੀ ਅਤੇ ਅਦਾਲਤੀ ਕੰਮ ਨਹੀਂ ਕੀਤਾ ਜਾਏਗਾ ਉਹਨਾਂ ਦੱਸਿਆ ਕਿ ਸੰਘਰਸ਼ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਚ ਰੱਖਦੇ ਆ ਅਸੀਂ ਇਹ ਫੈਸਲਾ ਲਿਆ ਹੈ 21 ਮਈ ਨੂੰ ਮੁੜ ਤੋਂ ਬੈਠਕ ਕਰਾਂਗੇ ਜੇ ਉਦੋਂ ਤੱਕ ਵੀ ਮੰਗਾ ਨਾ ਮੰਨੀਆਂ ਗਈਆਂ ਤਾਂ ਅਗਲਾ ਪ੍ਰੋਗਰਾਮ ਉਲਿੱਖਿਆ ਜਾਵੇਗਾ ਆਕਸੀਜਨ ਦੀ ਘਾਟ ਨਾਲ ਮਰੀਜ਼ਾਂ ਦੀ ਮੌਤ ਦਾ ਮਾਮਲਾ ਥੰਮ ਨਹੀਂ ਰਿਹਾ ਹੁਣ ਤਾਮਿਲਨਾਡੂ ਦੇ ਚੰਨਈ ਨੇੜੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਆਕਸੀਜਨ ਦੀ ਘਾਟ ਨਾਲ 13 ਮਰੀਜ਼ਾਂ ਦੀ ਜਾਨ ਚਲੇ ਜਾਣ ਦੀ ਖਬਰ ਹੈ ਹਾਲਾਂਕਿ ਪਰਿਵਾਰਕ ਮੈਂਬਰਾਂ ਵੱਲੋਂ ਲਾਏ ਦੋਸ਼ਾਂ ਨੂੰ ਜ਼ਿੰਮੇਵਾਰ ਅਧਿਕਾਰੀਆਂ ਨੇ ਖਾਰਜ ਕਰ ਦਿੱਤਾ ਹੈ ਹਸਪਤਾਲ ਦੇ ਡੀਨ ਡਾਕਟਰ ਜੇ ਮੁੱਥੂ ਕੁਮਾਰਨ ਨੇ ਕਿਹਾ ਕਿ ਮਰਨ ਵਾਲਿਆਂ ਦੇ ਵਿੱਚ ਸਿਰਫ ਇੱਕ ਮਰੀਜ਼ ਕੋਰੋਨਾ ਨਾਲ ਪੀੜਤ ਸੀ ਬਾਕੀ ਨਮੂਨੀਆਂ ਜਾਂ ਹੋਰ ਗੰਭੀਰ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਸੀ ਡੀਨ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਆਕਸੀਜਨ ਸਹੂਲਤ ਵਾਲੇ 325 ਬੈੱਡ ਨੇ ਫਿਲਹਾਲ 447 ਮਰੀਜ਼ ਦਾਖਲ ਨੇ ਜਿੰਨਾ ਵਿੱਚੋਂ 256 ਕਰੋਨਾ ਪੀੜਤ ਨੇ ਗੁਰੂਗ੍ਰਾਮ ਦੇ ਇੱਕ ਪ੍ਰਾਈਵੇਟ ਹਸਪਤਾਲ ਦੀ ਵੀ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਕੋਵਿਡ ਪੀੜਤ ਮਰੀਜ਼ਾਂ ਦੇ ਸਕੇ ਦੁਹਾਈ ਪਾਉਂਦੇ ਨਜ਼ਰ ਆ ਰਹੇ ਨੇ ਕਿ ਹਸਪਤਾਲ ਦੇ ਆਈਸੀਯੂ ਵਿੱਚ ਮਰੀਜ਼ਾਂ ਨੂੰ ਬਰਿਆਂ ਛੱਡ ਕੇ ਹਸਪਤਾਲ ਦੇ ਡਾਕਟਰ ਤੇ ਸਟਾਫ ਉਥੋਂ ਰਫੂ ਚੱਕਰ ਹੋ ਗਏ। ਘਟਨਾ 30 ਅਪ੍ਰੈਲ ਨੂੰ ਵਾਪਰੀ ਜਦੋਂ ਗੁਰੂਗ੍ਰਾਮ ਦੇ ਸੈਕਟਰ 56 ਸਥਿਤ ਕ੍ਰਿਤੀ ਹਸਪਤਾਲ ਦੇ ਵਿੱਚ ਦੇਰ ਰਾਤ 6 ਤੋਂ 8 ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਜਿਨ੍ਹਾਂ ਮਰੀਜ਼ਾਂ ਦੀ ਆਕਸੀਜਨ ਦੀ ਘਾਟ ਕਾਰਨ ਮੌਤ ਹੋਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਹਸਪਤਾਲ ਨੇ ਆਕਸੀਜਨ ਦੀ ਪੂਰਤੀ ਲਈ ਕੋਈ ਇੰਤਜ਼ਾਮ ਨਹੀਂ ਕੀਤੇ ਬਲਕਿ ਹਸਪਤਾਲ ਦਾ ਸਾਰਾ ਸਟਾਫ ਲੁਕ ਗਿਆ ਜਦੋਂ ਪੀੜਤ ਪਰਿਵਾਰ ਆਪਣੇ ਮਰੀਜ਼ਾਂ ਦੀ ਭਾਲ ਕਰਨ ਤੇ ਹੰਗਾਮਾ ਕਰਨ ਲੱਗੇ ਤਾਂ ਪੁਲਿਸ ਮੌਕੇ ਤੇ ਪਹੁੰਚੀ ਵਾਇਰਲ ਹੋਈ ਵੀਡੀਓ ਵਿੱਚ ਕੋਵਿਡ ਮਰੀਜ਼ਾਂ ਦੇ ਰਿਸ਼ਤੇਦਾਰ ਚੀਕਦੇ ਸੁਣਾਈ ਦਿੰਦੇ ਨੇ ਘਟਨਾ ਤੋਂ 6 ਦਿਨਾਂ ਬਾਅਦ ਵੀ ਪੁਲਿਸ ਵੱਲੋਂ ਹਸਪਤਾਲ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਇੰਡੀਆ ਟੁਡੇ ਦੀ ਖਬਰ ਦੇ ਮੁਤਾਬਕ ਇਹ ਘਟਨਾ ਹੋਰ ਵੀ ਹੈਰਾਨ ਕਰਨ ਵਾਲੀ ਉਦੋਂ ਬਣ ਜਾਂਦੀ ਹੈ ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖੁਦ ਗੁਰੂਗ੍ਰਾਮ ਦੇ ਵਿੱਚ ਕੋਵਿਡ-19 ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਨੇ ਕਰੋਨਾ ਵਾਇਰਸ ਦਾ ਵੇਰੀਐਂਟ ਹੈ ਜਿਹੜਾ ਨਵਾਂ ਉਹ ਪੂਰੇ ਭਾਰਤ ਦੇ ਵਿੱਚ ਖਤਰਨਾਕ ਹੋ ਰਿਹਾ ਹੈ ਤੇ ਹੁਣ ਕੇਰਲਾ ਤੇ ਹਿਮਾਚਲ ਦੇ ਵਿੱਚ ਵੀ ਲੋਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਕੇਰਲਾ ਦੇ ਵਿੱਚ 8 ਮਈ ਨੂੰ ਸਵੇਰੇ 6:00 6 ਵਜੇ ਤੋਂ ਲੋਕਡਾਊਨ ਸ਼ੁਰੂ ਜਾਏਗਾ ਮੁੱਖ ਮੰਤਰੀ ਪਿੰਡਰਾਏ ਵਿਜੇਨ ਨੇ ਇਹ ਐਲਾਨ ਕੀਤਾ ਹੈ ਕੇਰਲਾ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ 7 ਮਈ ਤੋਂ 16 ਮਈ ਤੱਕ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਸੂਬੇ ਦੀਆਂ ਸਿੱਖਿਆ ਸੰਸਥਾਵਾਂ 20 31 ਮਈ ਤੱਕ ਬੰਦ ਰਹਿਣਗੀਆਂ। ਯਾਨੀ ਕਿ ਹਿਮਾਚਲ ਦੀਆਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿੱਚ ਪ੍ਰੋਮੋਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਹ ਫੈਸਲਾ ਸੁਣਾਇਆ ਹੈ। ਦਿੱਲੀ ਤੇ ਮਹਾਰਾਸ਼ਟਰ ਦੇ ਵਿੱਚ ਪਹਿਲਾਂ ਤੋਂ ਹੀ ਲਾਕਡਾਊਨ ਲੱਗਿਆ ਹੋਇਆ ਹੈ। ਉੱਤਰ ਪ੍ਰਦੇਸ਼, ਉੜੀਸਾ ਅਤੇ ਪੰਜਾਬ ਵਰਗੇ ਸੂਬਿਆਂ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਲਾਕਡਾਊਨ ਲੱਗਿਆ ਹੋਇਆ ਹੈ। ਹਾਲਾਂਕਿ ਲਾਕਡਾਊਨ ਦੇ ਰੂਪ ਵਖੋ ਕਰ ਰਹੇ ਨੇ ਆਰਐਲਡੀ ਯਾਨੀ ਕਿ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦੀ ਮੰਗਲਵਾਰ ਰਾਤ ਨੂੰ ਕਰੋਨਾ ਕਰਕੇ ਸਿਹਤ ਵਿਗੜਨ ਤੋਂ ਬਾਅਦ ਮੌਤ ਹੋ ਗਈ 82 ਵਰਿਆਂ ਦੀ ਉਮਰ ਸੀ ਉੱਤਰ ਪ੍ਰਦੇਸ਼ ਦੇ ਉੱਗੇ ਲੀਡਰ ਚੌਧਰੀ ਅਜੀਤ ਸਿੰਘ ਦਾ ਕਰੋਨਾ ਟੈਸਟ ਪੋਜ਼ਿਟਿਵ ਆਉਣ ਤੋਂ ਬਾਅਦ ਗੁਰੂਗ੍ਰਾਮ ਦੇ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਅਜੀਤ ਸਿੰਘ ਦੀ ਹਾਲਤ ਫੇਫੜਿਆਂ ਦੀ ਇਨਫੈਕਸ਼ਨ ਵਧਣ ਦੇ ਕਾਰਨ ਖਰਾਬ ਹੋਈ ਤੇ ਮੰਗਲਵਾਰ ਰਾਤ ਨੂੰ ਆਖਰੀ ਸਾਹ ਲੈ ਅਮਰੀਕਾ ਨੇ ਮੋੜ ਤੋਂ ਐਡਵਾਈਜ਼ਰੀ ਜਾਰੀ ਕੀਤੀ ਹੈ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਜਿਹੜੇ ਅਮਰੀਕਾ ਦੇ ਨਾਗਰਿਕ ਨੇ ਉਹ ਭਾਰਤ ਦੀ ਯਾਤਰਾ ਨਾ ਕਰਨ ਐਮਰਜੈਂਸੀ ਨਾ ਹੋਵੇ ਤਾਂ ਭਾਰਤ ਦੀ ਯਾਤਰਾ ਬਿਲਕੁਲ ਨਾ ਕੀਤੀ ਜਾਵੇ ਇਹ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਹਾਲਾਂਕਿ 4 ਮਈ ਤੋਂ ਅਮਰੀਕਾ ਤੇ ਭਾਰਤ ਵਿਚਾਲੇ ਸਾਰੀਆਂ ਉਡਾਣਾਂ ਤੇ ਜਿਹੜੀ ਰੋਕ ਲਾਈ ਗਈ ਸੀ ਉਹ ਵੀ ਲਾਗੂ ਹੋ ਚੁੱਕੀ ਹੈ। ਸ਼੍ਰੀਲੰਕਾ ਨੇ ਵੀ ਭਾਰਤ ਤੋਂ ਆਉਣ ਵਾਲੇ ਲੋਕਾਂ ਤੇ پابੰਦੀ ਲਾ ਦਿੱਤੀ ਹੈ ਤੇ ਇਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕੀਤਾ ਹੈ। ਯਾਨੀ ਕਿ ਹੁਣ ਉਹਨਾਂ ਦੇਸ਼ਾਂ ਦੀ ਲਾਈਨ ਹੈ ਜਿਹੜੀ ਉਹ ਲੰਬੀ ਹੁੰਦੀ ਜਾ ਰਹੀ ਹੈ। ਜਿਨ੍ਹਾਂ ਨੇ ਭਾਰਤ ਤੋਂ ਆਉਣ ਵਾਲੇ ਲੋਕਾਂ ਨੂੰ ਬੈਨ ਕਰ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕੋਵਿਡ-19 ਵੈਕਸੀਨ ਨੂੰ ਬૌਧਿਕ ਜਾਇਦਾਦ ਪੇਟੈਂਟ ਤੋਂ ਮੁਕਤ ਰੱਖਣ ਦਾ ਐਲਾਨ ਕਰ ਦਿੱਤਾ ਹੈ। ਇਹ ਅਹਿਮ ਐਲਾਨ ਕਰੋਨਾ ਮਹਾਮਾਰੀ ਦੀ جنگ ਜਿੱਤਣ ਦੇ ਵਿੱਚ ਬੜਾ ਹੀ ਖਾਸ ਮੰਨਿਆ ਜਾ ਰਿਹਾ ਹੈ। ਇਸ ਦਾ WTO ਅਤੇ WHO ਨੇ ਵੀ ਸਵਾਗਤ ਕੀਤਾ ਹੈ। ਭਾਰਤ, ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ ਵਰਗੇ ਮੁਲਕ ਕੌਮਾਂਤਰੀ ਪੱਧਰ ਤੇ ਮੰਗ ਕਰ ਰਹੇ ਸੀ ਕਿ ਕੋਵਿਡ ਵੈਕਸੀਨ ਨੂੰ ਪੇਟੈਂਟ ਤੋਂ ਮੁਕਤ ਰੱਖਿਆ ਜਾਵੇ ਤਾਂ ਕਿ ਉਹਨਾਂ ਨੂੰ ਮਹਾਮਾਰੀ ਵਿੱਚ ਲੜਨ ਦੇ ਵਿੱਚ ਮਦਦ ਮਿਲੇ। ਵਿਸ਼ਵ ਵਪਾਰ ਸੰਸਥਾ ਯਾਨੀ ਕਿ WTO ਦੇ ਵਿੱਚ ਅਮਰੀਕਾ ਪਰ ਆਪ ਦੇ ਖਿਲਾਫ ਸੀ ਕਿ ਵੈਕਸੀਨ ਦਾ ਉਤਪਾਦਨ ਵਧਾਉਣ ਲਈ ਇਸ ਨੂੰ ਪੇਟੈਂਟ ਤੋਂ ਮੁਕਤ ਕਰ ਦਿੱਤਾ ਜਾਵੇ ਪਰ ਜੋ ਬਾਈਡਨ ਤੇ ਸਮਾਸਲੇ ਇਸ ਮਸਲੇ ਨੂੰ ਲੈ ਕੇ ਦਬਾਅ ਵੀ ਬਣਿਆ ਹੋਇਆ ਸੀ ਡਬਲਯੂਟੀਓ ਵਿੱਚ ਅਮਰੀਕਾ ਦੇ ਵਣਜ ਦੂਤ ਕੈਥਰੀਨ ਤਾਈ ਨੇ ਕਿਹਾ ਕਿ ਬਹੁਤ ਹੀ ਅਸਾਧਾਰਨ ਸਮਾਂ ਹੈ ਤੇ ਅਸੀਂ ਅਸਾਧਾਰਨ ਫੈਸਲਾ ਲਿਆ ਹੈ ਅਮਰੀਕਾ ਨੇ ਕੋਵਿਡ-19 ਵੈਕਸੀਨ ਨੂੰ ਬੌਧਿਕ ਜਾਇਦਾਦ ਪੇਟੈਂਟ ਤੋਂ ਬਾਹਰ ਰੱਖਣ ਦਾ ਸਮਰਥਨ ਕੀਤਾ ਤਾਂ ਜੋ ਮਹਾਮਾਰੀ ਨੂੰ ਖਤਮ ਕਰਨ ਦੇ ਵਿੱਚ ਮਦਦ ਮਿਲੇ। ਉਹਨਾਂ ਕਿਹਾ ਕਿ ਅਸੀਂ ਬੌਧਿਕ ਜਾਇਦਾਦ ਦੇ ਪੇਟੈਂਟ ਦੇ ਵਿੱਚ ਪੂਰਾ ਯਕੀਨ ਰੱਖਦੇ ਹਾਂ ਪਰ ਕੋਵਿਡ-19 ਵੈਕਸੀਨ ਦੇ ਵਿੱਚ ਛੋਟ ਦੇ ਰਹੇ ਹਾਂ ਤਾਂ ਕਿ ਪੂਰੀ ਦੁਨੀਆ ਨੂੰ ਇਸ ਨੂੰ ਖਤਮ ਕਰਨ ਦੇ ਵਿੱਚ ਮਦਦ ਮਿਲ ਸਕੇ। ਸਾਡਾ ਉਦੇਸ਼ ਹੈ ਕਿ ਦੁਨੀਆ ਲੋਕ ਦੁਨੀਆ ਭਰ ਦੇ ਵਿੱਚ ਲੋਕਾਂ ਤੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਟੀਕਾ ਪਹੁੰਚੇ। ਅਸੀਂ ਵੈਕਸੀਨ ਲਈ ਕੱਚੇ ਮਾਲ ਦੇ ਉਤਪਾਦਨ ਨੂੰ ਵੀ ਵਧਾਵਾਂਗੇ। ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿਰਫ ਪੇਟੈਂਟ ਦੇ ਵਿੱਚ ਛੋਟ ਦੇਣ ਦੇ ਨਾਲ ਹੀ ਵੈਕਸੀਨ ਦੀ ਸਪਲਾਈ 'ਚ ਵਾਧਾ ਨਹੀਂ ਹੋਵੇਗਾ ਇਸ ਲਈ ਤਕਨੀਕ ਟ੍ਰਾਂਸਫਰ ਵੀ ਜ਼ਰੂਰੀ ਹੋਵੇਗੀ ਤੇ ਤਕਨੀਕ ਦੇ ਇਸਤੇਮਾਲ ਨੂੰ ਵੀ ਸਿੱਖਣਾ ਪਵੇਗਾ ਕੋਵਿਡ ਵੈਕਸੀਨ ਨੂੰ ਪੇਟੈਂਟ ਮੁਕਤ ਰੱਖਣ ਨਾਲ ਭਾਰਤ ਵਿੱਚ ਵੈਕਸੀਨ ਦਾ ਉਤਪਾਦਨ ਵਧੇਗਾ ਤੇ ਕਈ ਤਰ੍ਹਾਂ ਦੀ ਵੈਕਸੀਨ ਹੈ ਜਿਹੜੀ ਉਹ ਬਣ ਸਕੇਗੀ ਭਾਰਤ ਇੱਕ ਕਰਬ 30 ਕਰੋੜ ਦੀ ਆਬਾਦੀ ਵਾਲਾ ਮੁਲਕ ਹੈ ਤੇ ਅਮਰੀਕਾ ਦੇ ਇਸ ਫੈਸਲੇ ਨਾਲ ਵਪਾਰਿਕ ਪੈਮਾਨਿਆਂ ਦੇ ਉੱਤੇ ਟੀਕਾਕਰਨ ਮੁਹਿੰਮ ਚਲਾਉਣ ਦੇ ਵਿੱਚ ਭਾਰਤ ਨੂੰ ਵੱਡੀ ਮਦਦ ਮਿਲੇਗੀ ਅਮਰੀਕਾ ਦੇ ਇਸ ਫੈਸਲੇਦਾਰ WHO ਨੇ ਸਵਾਗਤ ਕੀਤਾ ਹੈ WHO ਮੁਖੀ ਨੇ ਕਿਹਾ ਕਿ ਇਹ ਇੱਕ ਪ੍ਰਭਾਵਸ਼ਾਲੀ ਲੀਡਰਸ਼ਿਪ ਦਾ ਫੈਸਲਾ ਹੈ ਜੋ ਕਿ ਦੁਨੀਆ ਦੀਆਂ ਸਿਹਤ ਚਿੰਤਾਵਾਂ ਨੂੰ ਸਮਝਦਾ ਹੈ ਉਹਨਾਂ ਕਿਹਾ ਕਿ ਇਹ ਇੱਕ ਇਤਿਹਾਸਿਕ ਫੈਸਲਾ ਹੈ ਜਿਸ ਦੇ ਨਾਲ ਦੁਨੀਆ ਨੂੰ ਹਰ ਦੁਨੀਆ ਦੇ ਵਿੱਚ ਹਰ ਇੱਕ ਨੂੰ ਔਖੇ ਸਮੇਂ ਦੇ ਵਿੱਚ ਮਦਦ ਮਿਲੇਗੀ ਕੈਨੇਡਾ ਦੁਨੀਆ ਦਾ ਪਹਿਲਾ ਮੁਲਕ ਬਣ ਗਿਆ ਜਿਸ ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਇੰਕ ਦੇ ਕੋਵਿਡ 19 ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਏਪੀ ਦੀ ਰਿਪੋਰਟ ਦੇ ਮੁਤਾਬਕ ਹੈਲਥ ਕੈਨੇਡਾ ਦੇ ਕੈਨੇਡੀਅਨ ਸੰਗੀ ਸਿਹਤ ਮੰਤਰਾਲੇ ਦੀ ਸੀਨੀਅਰ ਸਲਾਹਕਾਰ ਸੁਪਰੀਆ ਸ਼ਰਮਾ ਨੇ ਸਵੈਸਲੇ ਦੀ ਪੁਸ਼ਟੀ ਕੀਤੀ ਹੈ ਕੈਨੇਡੀਅਨ ਸੰਗੀ ਸਿਹਤ ਮੰਤਰਾਲੇ ਦੀ ਸੀਨੀਅਰ ਸਲਾਹਕਾਰ ਸੁਪਰੀਆ ਸ਼ਰਮਾ ਨੇ ਕਿਹਾ ਕਿ ਜਰਮਨ ਭਾਈਵਲ ਬਾਇਓਟੈਕ ਐਸਸੀ ਦੇ ਨਾਲ ਰਲ ਕੇ ਤਿਆਰ ਕੀਤਾ ਗਿਆ ਫਾਈਜ਼ਰ ਟੀਕਾ ਛੋਟੀ ਉਮਰ ਦੇ ਬੱਚਿਆਂ ਦੇ ਵਿੱਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ ਏਪੀ ਦੇ ਮੁਤਾਬਿਕ ਕੰਪਨੀ ਨੇ ਕਿਹਾ ਕਿ ਬੱਚਿਆਂ ਦੇ ਨਾਲ ਨਾਲ ਹਾਲਾਂਕਿ ਜਵਾਨਾਂ ਦੇ ਵਿੱਚ ਵੀ ਇਸ ਦੇ ਮਾੜੇ ਪ੍ਰਭਾਵ ਦੇਖੇ ਗਏ ਨੇ ਜਿਸ ਦੇ ਵਿੱਚ ਬੁਖਾਰ, ਦਰਦ, ਠੰਡ ਤੇ ਥਕਾਵਟ ਸ਼ਾਮਿਲ ਹੈ ਹਾਲਾਂਕਿ ਲੰਬੇ ਸਮੇਂ ਦੀ ਸੁਰੱਖਿਆ ਲਈ ਇਹ ਜਿਹੜਾ ਅਧਿਐਨ ਹੈ 2 ਸਾਲਾਂ ਦੇ ਲਈ ਚੱਲੇਗਾ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕੈਨੇਡਾ ਦੇ ਵਿੱਚ ਟੀਕਾ ਕਰਨ ਤੇਜ਼ ਕਰ ਦਿੱਤਾ ਗਿਆ ਆਈਪੀਐਲ ਰੱਦ ਹੋਣ ਤੋਂ ਬਾਅਦ ਭਾਰਤ ਵਿੱਚ ਫਸੇ ਆਸਟ੍ਰੇਲੀਆ ਦੇ ਕ੍ਰਿਕਟਰਸ ਨੂੰ ਮਾਲਦੀਵ ਭੇਜ ਦਿੱਤਾ ਗਿਆ ਇਸ ਦੀ ਪੁਸ਼ਟੀ ਕ੍ਰਿਕਟ ਆਸਟ੍ਰੇਲੀਆ ਤੇ ਆਸਟ੍ਰੇਲੀਅਨ ਕ੍ਰਿਕਟਰਸ ਐਸੋਸੀਏਸ਼ਨ ਨੇ ਦਿੱਤੀ ਹੈ ਭਾਰਤ ਵਿੱਚ ਫਸੇ ਆਸਟ੍ਰੇਲੀਆਈ ਕ੍ਰਿਕਟਰਸ, ਕੋਚ, ਮੈਚ ਅਧਿਕਾਰੀਆਂ ਅਤੇ ਕਮੈਂਟੇਟਰਸ ਨੂੰ ਮਾਲਦੀਵ ਭੇਜ ਦਿੱਤਾ ਗਿਆ ਹੈ। ਇਹ ਸਾਰੇ ਲੋਕ ਉਦੋਂ ਤੱਕ ਮਾਲਦੀਵ ਰਹਿਣਗੇ ਜਦੋਂ ਤੱਕ ਆਸਟ੍ਰੇਲੀਆ ਦੀ ਸਰਕਾਰ ਉਡਾਣਾਂ ਦੀ ਇਜਾਜ਼ਤ ਨਹੀਂ ਦੇ ਦਿੰਦੀ। ਭਾਰਤ ਵਿੱਚ ਵਾਧੇ ਕਰੋਨਾ ਦੇ ਮਸਲਿਆਂ ਦੇ ਮੱਦੇਨਜ਼ਰ ਆਸਟ੍ਰੇਲੀਆ ਨੇ 15 ਮਈ ਤੱਕ ਲਈ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਤੇ ਪਾਬੰਦੀ ਲਾ ਦਿੱਤੀ ਹੈ ਅਤੇ ਇਹ ਵੀ ਸਖਤ ਹੁਕਮ ਲਾਗੂ ਕਰ ਦਿੱਤਾ ਹੈ ਕਿ ਜਿਹੜੇ ਸਾਡੇ ਆਪਣੇ ਨਾਗਰਿਕ ਹੈਗੇ ਨੇ ਜਿਹੜੇ ਭਾਰਤ ਗਏ ਹੋਏ ਨੇ ਉਹ ਵੀ ਆਸਟ੍ਰੇਲੀਆ ਨਾ ਮੁੜਨ ਨਹੀਂ ਤਾਂ ਸਜ਼ਾ ਅਤੇ ਜੁਰਮਾਨਾ ਹੋਵੇਗਾ। ਦੋਵੇਂ ਸੰਸਥਾਵਾਂ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਤੋਂ ਅਸੀਂ ਕਿਸੇ ਕਿਸਮ ਦੀ ਛੋਟ ਦੀ ਮੰਗ ਨਹੀਂ ਕਰ ਰਹੇ। ਭਾਰਤ ਵਿੱਚ ਕੋਰੋਨਾ ਦੇ ਵਾਧੇ ਕਾਰਨ ਕੇਸਾਂ ਕਰਕੇ ਆਈਪੀਐਲ ਰੱਦ ਕਰ ਦਿੱਤਾ ਗਿਆ ਹੈ। ਮਾਫ ਕਰਨਾ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਆਈਪੀਐਲ ਦੇ ਵਿੱਚ ਕਈ ਆਸਟ੍ਰੇਲੀਆਈ ਖਿਡਾਰੀ ਹਿੱਸਾ ਲੈ ਰਹੇ ਸੀ। ਇਹਨਾਂ ਵਿੱਚ ਟੀਮ ਦੇ ਨਾਲ ਜੁੜੇ ਕੋਚ ਅਤੇ ਕਮੈਂਟੇਟਰਸ ਵੀ ਸ਼ਾਮਲ ਸਨ। ਦੋਵਾਂ ਸੰਸਥਾਵਾਂ ਨੇ ਬੀਸੀਸੀਆਈ ਦਾ ਧੰਨਵਾਦ ਵੀ ਕੀਤਾ ਹੈ। ਹਾਲਾਂਕਿ ਚਨਈ ਸੁਪਰ ਕਿੰਗਸ ਦੇ ਬੈਟਿੰਗ ਕੋਚ ਮਾਈਕਲ ਹਸੀ ਹਜੇ ਭਾਰਤ ਵਿੱਚ ਹੀ ਰਹਿਣਗੇ ਕਿਉਂਕਿ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ ਪਿਛਲੇ ਦਿਨੀ ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਤੇ ਆਈਪੀਐਲ ਦੇ ਵਿੱਚ ਕਮੈਂਟਰੀ ਕਰ ਰਹੇ ਮਾਈਕਲ ਸਲੇਟਰ ਨੇ ਆਸਟ੍ਰੇਲੀਆ ਦੀ ਸਰਕਾਰ ਦੇ ਫੈਸਲੇ ਤੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੂੰ ਤਿੱਖੇ ਸ਼ਬਦਾਂ ਦੇ ਵਿੱਚ ਮੈਸੇਜ ਵੀ ਭੇਜਿਆ ਸੀ ਸੁਪਰੀਮ ਕੋਰਟ ਦੇ ਵਿੱਚ ਆਕਸੀਜਨ ਦੀ ਕਮੀ ਨੂੰ ਲੈ ਕੇ ਲਗਾਤਾਰ ਸੁਣਵਾਈ ਚੱਲ ਰਹੀ ਹੈ। ਅਦਾਲਤ ਦੇ ਵਿੱਚ ਕੇਂਦਰ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਤੀਸਰੀ ਲਹਿਰ ਆਉਣ ਦੀ ਵੀ ਚਰਚਾ ਹੋ ਰਹੀ ਹੈ। ਅਜੇ ਇਹ ਵਿੱਚ ਸਰਕਾਰ ਸੁਨਿਸ਼ਚਿਤ ਕਰੇ ਕਿ ਦਿੱਲੀ ਵਿੱਚ ਆਕਸੀਜਨ ਦੀ ਘਾਟ ਨਾ ਹੋਵੇ। ਕੋਰਟ ਨੇ ਤੀਸਰੀ ਲਹਿਰ ਦੇ ਵਿੱਚ ਬੱਚਿਆਂ ਦੇ ਸੰਕਰਮਿਤ ਹੋਣ ਦੇ ਖਦਸ਼ੇ ਤੇ ਚਿੰਤਾ ਜਤਾਈ ਤੇ ਕਿਹਾ ਕਿ ਤੁਹਾਨੂੰ ਪਹਿਲਾਂ ਹੀ ਤੀਸਰੀ ਲਹਿਰ ਨੂੰ ਲੈ ਕੇ ਯੋਜਨਾ ਬਣਾਉਣੀ ਹੋਵੇਗੀ। ਸੁਪਰੀਮ ਕੋਰਟ ਦਾ ਇਹ ਬਿਆਨ ਉਸ ਦਰਮਿਆਨ ਆਇਆ ਜਦੋਂ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਿਕ ਸਲਾਹਕਾਰ ਕੇ ਵਿਜੇ ਰਾਗਵਨ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਕੋਵਿਡ ਫੈਲਿਆ ਹੋਇਆ ਉਸ ਨੂੰ ਦੇਖਦੇ ਹੋਏ ਕਰੋਨਾ ਦੀ ਤੀਸਰੀ ਲਹਿਰ ਦਾ ਆਉਣਾ ਤੈ ਹੈ ਸਿਹਤ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵਿਜੇ ਰਾਗਵਨ ਨੇ ਕਿਹਾ ਸੀ ਕਿ ਸਾਨੂੰ ਨਹੀਂ ਪਤਾ ਤੀਸਰੀ ਲਹਿਰ ਕਦੋਂ ਆਏਗੀ ਤੇ ਕਿੰਨੀ ਖਤਰਨਾਕ ਹੋਏਗੀ ਪਰ ਇਸ ਦੇ ਲਈ ਸਾਨੂੰ ਤਿਆਰ ਰਹਿਣਾ ਹੋਵੇਗਾ ਪਰ ਇਸ ਦੇ ਲਈ ਵੱਡੀ ਤਿਆਰੀ ਤਾਂ ਸਰਕਾਰ ਦੀ ਚਾਹੀਦੀ ਹੈ ਜਿਹੜੀ ਕਿ ਸੁਪਰੀਮ ਕੋਰਟ ਨੇ ਕਹ ਦਿੰਦਾ ਹੈ ਕਿ ਹੈ ਕਿ ਤੁਸੀਂ ਤੀਸਰੀ ਲਹਿਰ ਦੇ ਲਈ ਪਹਿਲਾਂ ਤੋਂ ਹੀ ਸਾਰੇ ਪ੍ਰਬੰਧ ਕਰਕੇ ਰੱਖੋ ਦੂਜੀ ਲਹਿਰ ਵਾਂਗੂ ਹਾਲਾਤ ਨਹੀਂ ਹੋਣੇ ਚਾਹੀਦੇ ਦੂਸਰੀ ਲਹਿਰ ਇੰਨੀ ਖਤਰਨਾਕ ਕਿਉਂ ਹੈ ਇਸ ਤੇ ਵੀ ਵਿਜੇ ਰਗਵਨ ਨੇ ਦੱਸਿਆ ਕਿ ਅਸੀਂ ਹਾਲਾਤਾਂ ਨੂੰ ਬਹੁਤ ਹੀ ਹਲਕੇ ਵਿੱਚ ਲਿਆ ਜਿਸ ਨਾਲ ਵਾਇਰਸ ਨੂੰ ਫੈਲਣ ਦੇ ਵਿੱਚ ਮੌਕਾ ਮਿਲ ਗਿਆ ਇਹਨਾਂ ਇਹ ਜਿਹੜੇ ਹਲਕੇ ਹਲਕੇ ਦੇ ਵਿੱਚ ਲੈਣ ਦੇ ਵਿੱਚ ਚੋਣ ਰੈਲੀਆਂ ਵੀ ਸ਼ਾਮਿਲ ਨੇ ਜਿਸ ਦੇ ਵਿੱਚ ਸਰਕਾਰ ਖੁਦ ਸ਼ਾਮਿਲ ਸੀ ਯੂਪੀ ਦੇ ਵਾਰਾਨਸੀ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਝੰਬੇ ਲੋਕ ਕਹਿ ਰਹੇ ਨੇ ਕਿ ਮੋਦੀ ਤੇ ਯੋਗੀ ਨੇ ਸਾਨੂੰ ਰੱਬ ਆਸਰੇ ਛੱਡ ਦਿੱਤਾ ਹੈ ਵਾਰਾਨਸੀ ਦੁਨੀਆ ਭਰ ਦੇ ਵਿੱਚ ਹਿੰਦੂਆਂ ਦੀਆਂ ਪਵਿੱਤਰ ਥਾਵਾਂ ਦੇ ਵਿੱਚੋਂ ਇੱਕ ਅਤੇ ਭਾਰਤ ਵਿੱਚ ਕਰੋਨਾ ਵਾਇਰਸ ਦੀ ਦੂਸਰੀ ਲਹਿਰ ਤੋਂ ਵਾਰਾਨਸੀ ਅਤੇ ਇਸਪਾ ਇਸ ਦੇ ਆਸ-ਪਾਸ ਦੇ ਇਲਾਕੇ ਨੇ ਜਿਹੜੇ ਉਹ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਨੇ ਤੇ ਅਹਿਮ ਗੱਲ ਇਹ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਸੰਸਦੀ ਇਲਾਕਾ ਹੈ ਯਾਨੀ ਕਿ ਨਰਿੰਦਰ ਮੋਦੀ ਨੇ ਇਥੋਂ ਝੋਣ ਲੜੀ ਸੀ ਉੱਤਰ ਪ੍ਰਦੇਸ਼ ਦੇ ਲੋਕ ਇਸ ਵਕਤ ਕਾਫੀ ਗੁੱਸੇ ਵਿੱਚ ਨੇ ਤੇ ਪੁੱਛ ਰਹੇ ਨੇ ਕਿ ਲੋੜ ਦੇ ਸਮੇ ਸਾਡੇ ਸੰਸਦ ਮੈਂਬਰ ਸਾਡੇ ਐਮਪੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਿਰਕਾਰ ਕਿੱਥੇ ਨੇ ਲੋਕ ਕਹਿ ਰਹੇ ਨੇ ਵਾਰਾਨਸੀ ਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵਾਰਾਨਸੀ ਅਤੇ ਪੂਰੇ ਯੂਪੀ ਦੇ ਲੋਕਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਕੇ ਕਿਧਰੇ ਜਾ ਕੇ ਲੁਕ ਗਏ ਨੇ ਸਥਾਨਕ ਬੀਜੇਪੀ ਦੇ ਲੀਡਰ ਵੀ ਲੁਕ ਗਏ ਨੇ ਉਹਨਾਂ ਨੇ ਆਪਣੇ ਫੋਨ ਵੀ ਬੰਦ ਕਰ ਦਿੱਤੇ ਨੇ ਇਹ ਤਾਂ ਉਹ ਸਮਾਂ ਜਦੋਂ ਲੋਕਾਂ ਨੂੰ ਹਸਪਤਾਲ ਦੇ ਵਿੱਚ ਬੈੱਡਾਂ ਜਾਂ ਫਿਰ ਆਕਸੀਜਨ ਸਿਲੰਡਰਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦੀ ਲੋੜ ਹੈ ਪਰ ਇੱਥੇ ਪੂਰੀ ਤਰ੍ਹਾਂ ਅਰਾਜਕਤਾ ਫੈਲੀ ਹੋਈ ਹੈ ਲੋਕ ਬਹੁਤ ਗੁੱਸੇ ਵਿੱਚ ਨੇ ਪਰ ਮੋਦੀ ਤੇ ਯੋਗੀ ਛੁਪੇ ਹੋਏ ਨੇ ਪੰਜਾਬ ਦੇ ਹੁਸ਼ਿਆਰਪੁਰ ਤੋਂ ਖਬਰ ਹੈ ਜਿੱਥੇ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ 6 ਮਈ ਦੀ ਬਾਅਦ ਦੁਪਹਿਰ ਹੁਸ਼ਿਆਰਪੁਰ ਚੰਡੀਗੜ੍ਹ ਸੜਕ ਤੇ ਪਿੰਡ ਜੈਤਪੁਰ ਦੇ ਅੱਡੇ ਦੇ ਵਿੱਚ ਸੜਕ ਹਾਦਸੇ ਵਿੱਚ ਇੱਕ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ ਮਰਨ ਵਾਲਿਆਂ ਦੇ ਵਿੱਚ ਪਤੀ ਪਤਨੀ ਅਤੇ ਉਹਨਾਂ ਦੇ ਤਿੰਨ ਛੋਟੇ ਬੱਚੇ ਸ਼ਾਮਲ ਨੇ ਦੁਪਹਿਰ ਕਰੀਬ 2.5 ਵਜੇ ਲਿੰਕ ਸੜਕ ਤੋਂ ਹਾਈਵੇ ਤੇ ਚੜ ਰਹੇ ਮੋਟਰਸਾਈਕਲ ਦੀ ਹਾਈਵੇ ਤੇ ਜਾ ਰਹੀ ਕਾਰ ਦੇ ਨਾਲ ਟੱਕਰ ਹੋ ਗਈ ਮੋਟਰਸਾਈਕਲ ਸਵਾਰ ਪੂਰੇ ਪਰਿਵਾਰ ਦੀ ਥਾਂ ਤੇ ਮੌਤ ਹੋ ਗਈ ਮੋਟਰਸਾਈਕਲ ਪਿੰਡ ਬਾੜੀਆਂ ਕਲਾਂ ਦੇ ਵੱਲੋਂ ਆ ਰਿਹਾ ਸੀ ਜਦੋਂ ਪਿੰਡ ਜੈਤਪੁਰ ਦੇ ਅੱਡੇ ਤੇ ਪਹੁੰਚਿਆ ਤਾਂ ਟਰੈਕਟਰ ਟਰਾਲੀ ਤੋਂ ਅੱਗੇ ਲੰਘਦਾ ਹੋਇਆ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਦੇ ਨਾਲ ਟਕਰਾ ਗਿਆ ਮੋਟਰਸਾਈਕਲ ਸਵਾਰ ਕਈ ਫੁੱਟ ਦੂਰ ਸੜਕ ਤੇ ਜਾ ਡਿੱਗੇ ਤੇ ਸਾਰਿਆਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਕਾਰ ਵੀ ਬੇਕਾਬੂ ਹੋ ਕੇ ਦਰਖਤ ਵਿੱਚ ਜਾ ਵੱਜੀ ਤੇ ਕਾਰ 'ਚ ਸਵਾਰ ਦੋਵੇਂ ਵਿਅਕਤੀ ਵੀ ਜ਼ਖਮੀ ਹੋ ਗਏ ਉਹਨਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਉਹਨਾਂ ਨੂੰ ਵੀ ਕਾਰ ਦੇ ਵਿੱਚੋਂ ਬੜੀ ਹੀ ਮੁਸ਼ਕਲ ਦੇ ਨਾਲ ਸਥਾਨਕ ਲੋਕਾਂ ਨੇ ਕੱਢਿਆ ਮੋਟਰਸਾਈਕਲ ਚਾਲਕ ਦੀ ਪਛਾਣ ਰਾਜੇਸ਼ ਕੁਮਾਰ ਉਮਰ 29 ਸਾਲ Rajasthan ਦਾ ਰਹਿਣ ਵਾਲਾ ਸੀ ਪਤਨੀ ਕਮਲਦੀਪ ਕੌਰ ਬੱਚੇ ਈਸ਼ਿਕਾ ਅਨਾਨਿਆ ਤੇ ਮिशੂ ਵਜੋਂ ਹੋਈ ਹੈ ਉਹਨਾਂ ਦੇ ਬੱਚਿਆਂ ਦੀ ਉਮਰ ਮਹਿਜ਼ 8 ਸਾਲ 6 ਸਾਲ ਤੇ 5 ਸਾਲ ਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਕੇਂਦਰੀ ਜੇਲ ਪਟਿਆਲਾ ਦੇ ਵਿੱਚੋਂ ਪਿਛਲੇ ਦਿਨੀ ਫਰਾਰ ਹੋਏ ਤਿੰਨ ਵਿੱਚੋਂ ਇੱਕ ਕੈਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੰਦਰਜੀਤ ਸਿੰਘ ਉਰਫ ਧਿਆਨਾ ਨੂੰ ਪਟਿਆਲਾ ਤੇ ਕਪੂਰਥਲਾ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਕਾਬੂ ਕੀਤਾ ਗਿਆ ਕਪੂਰਥਲਾ ਦੇ ਨੇੜੇੋਂ ਗ੍ਰਿਫਤਾਰੀ ਹੋਈ ਹੈ ਪਟਿਆਲਾ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਇਸ ਦੀ ਪੁਸ਼ਟੀ ਕੀਤੀ ਹੈ ਪੰਜ ਸੂਬਿਆਂ ਦੇ ਵਿੱਚ ਵੋਟਾਂ ਖਤਮ ਹੋਈਆਂ ਸਰਕਾਰਾਂ ਨਵੀਆਂ ਬਣ ਗਈਆਂ ਉਸ ਤੋਂ ਬਾਅਦ ਲਗਾਤਾਰ ਹਰ ਦਿਨ ਪੈਟਰੋਲ ਤੇ ਡੀਜ਼ਲ ਦੇ ਭਾਅ ਵਧ ਰਹੇ ਨੇ ਪੈਟਰੋਲ 25 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 30 ਪੈਸੇ ਪ੍ਰਤੀ ਲੀਟਰ ਵਧ ਗਿਆ ਹੈ ਤੇਲ ਕੰਪਨੀਆਂ ਦੇ ਮੁਤਾਬਕ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਵਧ ਰਹੇ ਨੇ ਇਸ ਕਰਕੇ ਹੀ ਇਹ ਕੀਮਤਾਂ ਵੱਧ ਰਹੀਆਂ ਨੇ ਪਰ ਹੈਰਾਨੀ ਦੀ ਗੱਲ ਹੈ ਕਿ ਜਿੰਨਾ ਸਮਾਂ ਪੰਜ ਸੂਬਿਆਂ ਦੇ ਵਿੱਚ ਚੋਣਾ ਸੀ ਉਸ ਦੌਰਾਨ ਇੱਕ ਵਾਰੀ ਵੀ ਵਾਅਦਾ ਨਹੀਂ ਕੀਤਾ ਗਿਆ ਜਿਵੇਂ ਚੋਣ ਪ੍ਰਕਿਰਿਆ ਮੁਕੰਮਲ ਗਈ ਉਸ ਤੋਂ ਬਾਅਦ ਲਗਾਤਾਰ ਹੁਣ ਪੈਟਰੋਲ ਤੇ ਡੀਜ਼ਲ ਮਹਿੰਗੇ ਹੋਣ ਲੱਗ ਪਏ ਨੇ ਮੌਸਮ ਦੀ ਗੱਲ ਕਰ ਲਈਏ ਤਾਂ ਕੇਂਦਰੀ ਧਰਤ ਵਿਗਿਆਨ ਮੰਤਰਾਲੇ ਦੇ 77 ਐਮ ਰਾਜੀਵਨ ਨੇ ਕਿਹਾ ਕਿ ਇਸ ਸਾਲ ਪਹਿਲੀ ਜੂਨ ਨੂੰ ਮੌਨਸੂਨ ਕੇਰਲਾ ਪਹੁੰਚ ਜਾਏਗਾ ਭਾਰਤੀ ਮੌਸਮ ਵਿਭਾਗ 15 ਮਈ ਨੂੰ ਅਧਿਕਾਰਤ ਤੌਰ ਤੇ ਮੌਨਸੂਨ ਦੀ ਭਵਿੱਖਬਾਣੀ ਕਰੇਗਾ ਸੁਪਰੀਮ ਕੋਰਟ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਖਿਲਾਫ ਮ드ਰਾਸ ਹਾਈ ਕੋਰਟ ਦੀਆਂ ਟਿੱਪਣੀਆਂ ਜੁਡੀਸ਼ੀਅਰੀ ਦੇ ਹੁਕਮ ਦਾ ਹਿੱਸਾ ਨਹੀਂ ਹਨ ਇਸ ਲਈ ਇਹਨਾਂ ਨੂੰ ਹਟਾਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਅਦਾਲਤ ਨੇ ਕਿਹਾ ਹੈ ਕਿ ਮੀਡੀਆ ਨੂੰ ਅਦਾਲਤ ਦੀ ਕਾਰਵਾਈ ਦੀ ਵੋਟਿੰਗ ਕਰਨ ਦਾ ਪੂਰਾ ਪੂਰਾ ਹੱਕ ਹੈ ਹਾਲਾਂਕਿ ਉਸਨੇ ਕੋਰੋਨਾ ਫੈਲਣ ਲਈ ਚੋਣ ਕਮਿਸ਼ਨ ਨੂੰ ਜ਼ਿੰਮੇਵਾਰ ਕਰਾ ਦੇਣ ਵਾਲੀ ਮ드ਰਾਸ ਹਾਈ ਕੋਰਟ ਦੀ ਟਿੱਪਣੀ ਨੂੰ ਸਖਤ ਕਰਾਰ ਦਿੱਤਾ ਹੈ ਸੁਪਰੀਮ ਕੋਰਟ ਨੇ ਹਾਈ ਕੋਰਟ ਦੀਆਂ ਟਿੱਪਣੀਆਂ ਬਾਰੇ ਕਿਹਾ ਕਿ ਜਿਹੀਆਂ ਬਗੈਰ ਸੋਚੇ ਸਮਝੇ ਕੀਤੀਆਂ ਟਿੱਪਣੀਆਂ ਦੇ ਨਾਲ ਭੁਲੇਖੇ ਪੈਦਾ ਹੋ ਜਾਂਦੇ ਨੇ ਸਰਵੋੱਚ ਅਦਾਲਤ ਨੇ ਕਿਹਾ ਕਿ ਮੀਡੀਆ ਨੂੰ ਸੁਣਵਾਈ ਦੌਰਾਨ ਕੀਤੀਆਂ ਟਿੱਪਣੀਆਂ ਦੀ ਰਿਪੋਰਟਿੰਗ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ ਦਿੱਲੀ ਤੋਂ ਖਬਰ ਹੈ ਜਿੱਥੇ ਲੋਕਾਂ ਨੂੰ ਦਿਲਾਸਾ ਦੇਣ ਵਾਲੀ ਇੱਕ ਜਾਣਕਾਰੀ ਸਾਹਮਣੇ ਆਈ ਹੈ ਕਿ ਲੋਕਾਂ ਨੂੰ ਆਕਸੀਜਨ ਦੀ ਕਮੀ ਤੋਂ ਘਬਰਾਉਣ ਦੀ ਹੁਣ ਲੋੜ ਨਹੀਂ ਹੈ ਕਿਉਂਕਿ ਲੋਕਾਂ ਨੂੰ ਘਰ ਦੇ ਵਿੱਚ ਹੀ ਐਮਰਜੈਂਸੀ ਆਕਸੀਜਨ ਪਹੁੰਚਾਉਣ ਦੇ ਲਈ ਕੇਜਰੀਵਾਲ ਸਰਕਾਰ ਇੱਕ ਆਕਸੀਜਨ ਪੂਲ ਬਣਾਏਗੀ ਡੀਐਮ ਖੁਦ ਆਕਸੀਜਨ ਪੂਲ ਦੀ ਨਿਗਰਾਨੀ ਕਰੇਗਾ ਡੀਐਮ ਕੋਵਿਡ ਮਰੀਜ਼ ਦੀ ਗੰਭੀਰਤਾ ਬਾਰੇ ਫੈਸਲਾ ਲੈਣਗੇ ਤੇ ਤੈਅ ਕਰਨਗੇ ਕਿ ਕਿਹੜੇ ਘਰੇ ਆਕਸੀਜਨ ਦੇਣੀ ਹੈ ਕਿਹੜੇ ਨਹੀਂ ਸਿਹਤ ਵਿਭਾਗ ਨੇ ਦਿੱਲੀ ਦੇ ਹਰ ਜ਼ਿਲ੍ਹੇ ਨੂੰ 20 ਆਕਸੀਜਨ ਸਿਲੰਡਰਾਂ ਦਾ ਕੋਟਾ ਦਿੰਦਾ ਹੈ ਆਕਸੀਜਨ ਸਿਲੰਡਰ ਘਰ-ਘਰ ਕਿਵੇਂ ਪਹੁੰਚਾਏ ਜਾਣਗੇ ਇਸ ਵਕਤ ਦਿੱਲੀ ਦੇ ਵਿੱਚ 50000 ਤੋਂ ਵੱਧ ਮਰੀਜ਼ ਹੋਮ ਆਈਸੋਲੇਸ਼ਨ ਦੇ ਵਿੱਚ ਨੇ ਜੇ ਸਰੀਰ ਦੇ ਵਿੱਚ ਆਕਸੀਜਨ ਦੀ ਕਮੀ ਹੈ ਤਾਂ ਹਰ ਕੋਈ ਹਸਪਤਾਲ ਪਹੁੰਚੇਗਾ ਤਾਂ ਭੀੜ ਵਧੇਗੀ ਅਜੇ ਹਾਲਾਤਾਂ ਦੇ ਵਿੱਚ ਦਿੱਲੀ ਸਰਕਾਰ ਮਰੀਜ਼ਾਂ ਨੂੰ ਘਰ-ਘਰ ਆਕਸੀਜਨ ਦੇਣ ਜਾ ਰਹੀ ਹੈ ਪਰ ਇਹ ਜਿਹੜਾ ਫਾਰਮੂਲਾ ਕਿੰਨਾ ਕੁ ਸਕਸੈਸ ਹੋਏਗਾ ਇਹ ਇੱਕ ਵੱਡੀ ਚੁਣੌਤੀ ਹੋਏਗੀ ਦਿੱਲੀ ਸਰਕਾਰ ਦੇ ਲਈ ਇਸ ਦੇ ਲਈ ਦਿੱਲੀ ਸਰਕਾਰ ਨੇ ਸਪਲਾਈ ਵਿੱਚ ਸਹਾਇਤਾ ਲਈ ਖਾਲੀ ਆਕਸੀਜਨ ਸਿਲੰਡਰ ਕਰਨ ਦੀ ਲੋਕਾਂ ਨੂੰ ਦਾਨ ਦਾਨ ਕਰਨ ਦੀ ਅਪੀ ਕੀਤੀ ਹੈ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਆਸ਼ੀਸ਼ ਕੁੰਦਰਾ ਦੇ ਮੁਤਾਬਿਕ ਰਾਜਘਾਟ ਡੀਟੀਸੀ ਬੱਸ ਡਿਪੋ ਨੂੰ ਇੱਕ ਕੇਂਦਰ ਬਣਾਇਆ ਗਿਆ ਜਿੱਥੇ ਆਕਸੀਜਨ ਸਿਲੰਡਰ ਲੋਕ দান ਕਰ ਸਕਦੇ ਨੇ ਇੱਕ ਨੰਬਰ ਵੀ ਦਿੱਤਾ ਗਿਆ ਜਿਸ ਤੇ ਦਿੱਲੀ ਦੇ ਲੋਕ ਫੋਨ ਕਰ ਸਕਦੇ ਨੇ ਇਹ ਨੰਬਰ ਹੈ 011 232707118 011232707118 ਰਜਿਸਟ੍ਰੇਸ਼ਨ ਤੁਸੀਂ ਕਿਵੇਂ ਕਰਵਾਉਣੀ ਹੈ ਸਿਲੰਡਰ ਲੈਣ ਦੇ ਲਈ ਉਹਦੇ ਲਈ ਤੁਹਾਨੂੰ www.delhi.gov.in ਦੇ ਉੱਤੇ ਜਾਣਾ ਪਵੇਗਾ ਇਹ ਇਹ ਪੋਰਟਲ ਖੋਲੋਗੇ ਤਾਂ ਤੁਹਾਡੇ ਤੋਂ ਫੋਟੋ ਤੁਹਾਡਾ ਆਧਾਰ ਕਾਰਡ شناختی ਕਾਰਡ ਤੁਹਾਡਾ ਪਤਾ ਪੁੱਛਿਆ ਜਾਏਗਾ कोरोना टेस्ट रिपोर्ट दर्ज करवावणी जरूरी है यानी कि पॉजिटिव मरीजानू ही ये सहूलत मिलेगी जे सीटी स्कैन ਕੀਤਾ ਜਾਂਦਾ ਤਾਂ ਇਸਦੀ ਰਿਪੋਰਟ ਵੀ ਪੋਰਟਲ ਤੇ ਅਪਲੋਡ ਕੀਤੀ ਜਾ ਸਕਦੀ ਹੈ ਪੋਰਟਲ ਤੇ ਰਜਿਸਟਰੀ ਹੋਣ ਤੋਂ ਬਾਅਦ ਡੀਐਮ ਕੋਵਿਡ ਮਰੀਜ਼ ਨੂੰ ਆਕਸੀਜਨ ਸਿਲੰਡਰ ਮੁਹੱਈਆ ਕਰਵਾਏਗਾ ਜੇ ਲੋਡ ਪਈ ਤਾਂ ਰੀਫਿਲ ਵੀ ਕਰਵਾਇਆ ਜਾਏਗਾ ਉਹਦੇ ਲਈ ਇੱਕ ਪਾਸ ਹੈ ਜਿਹੜਾ ਉਹ ਦਿੱਲੀ ਵਾਸੀਆਂ ਨੂੰ ਦਿੱਤਾ ਜਾਏਗਾ ਆਸ ਕਰਦੇ ਹਾਂ ਕਿ ਦਿੱਲੀ ਦੇ ਲੋਕ ਹੁਣ ਸਾਹ ਲੈਣ ਖਣੋਂ ਨਾ ਮਰਨ ਤੇ ਕੇਜਰੀਵਾਲ ਸਰਕਾਰ ਹੈ ਜਿਹੜੀ ਉਹ ਲੋਕਾਂ ਤੱਕ ਆਕਸੀਜਨ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਜਾਵੇ ਕਿਉਂਕਿ ਹੁਣ ਕੇਜਰੀਵਾਲ ਨੇ ਵੀ ਦੱਸ ਦਿੱਤਾ ਹੈ ਕਿ ਕੇਂਦਰ ਸਰਕਾਰ ਨੇ ਦਿੱਲੀ ਦੀ ਜਿੰਨੀ ਲੋੜ ਹੈ ਉਹਦੇ ਮੁਤਾਬਿਕ 700 ਮੀਟ੍ਰਿਕ ਟਨ ਆਕਸੀਜਨ ਰੋਜ਼ਾਨਾ ਦੇਣੀ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ ਅਤੇ ਅਫਵਾਹਾਂ ਤੋਂ ਜ਼ਰੂਰ ਬਚ ਕੇ ਰਿਹਾ ਕਰੋ ਧੰਨਵਾਦ